ਆਪਣੇ ਘਰੇ ਮਨ ਚ ਸੋਚ ਕੇ ਆ ਜਾਓ। ਰਾਤ ਨੂੰ ਸੁਪਨਾ ਦੇਖੋ ਸੂਟ ਕਿਹੋ ਜਿਹਾ ਪਾਉਣਾ ਸਵੇਰ ਨੂੰ, ਤੁਹਾਨੂੰ ਪਾਵੇਂ ਸੂਟ ਦੇਵਾਂ ਵੀਰ ਜੀ, ਤੁਸੀਂ ਆਉਣਾ ਦੁਕਾਨ ਤੇ। ਤੁਸੀਂ ਦੱਸੋ, ਮੇਰਾ ਕਹਿਣ ਨੂੰ ਕਹਿਣਾ ਵੀ 400 ਦੇ ਦਿਓ, ਤੁਸੀਂ ਆਪਣੇ ਹਿਸਾਬ ਨਾਲ ਦੇਖੋ ਕੀ ਰੇਟ ਆ, ਜੋ ਜਾਇਜ਼ ਰੇਟ ਆ। 399 ਤੇ ਕੋਟ ਪੈਂਟ ਜੀ, 399 ਤੇ ਕੋਈ ਕੋਟ ਪੈਂਟ ਦੇ ਕੇ ਦਿਖਾਓ ਵੀਰ ਜੀ। 399 ਰੁਪਏ ਦਾ ਇਹ ਕੋਟ ਪੈਂਟ ਦੇ ਰਹੇ ਆ, ਪੰਜਾਬ ਦੇ ਵਿੱਚ ਸਭ ਤੋਂ ਸਸਤਾ ਜੇਕਰ ਮੰਨਿਆ ਜਾਵੇ ਤਾਂ ਪੰਜਾਬ ਦੇ ਵਿੱਚ ਰਿਕਾਰਡ ਬਣ ਗਿਆ, ਸਭ ਤੋਂ ਸਸਤਾ ਕੋਟ ਪੈਂਟ ਤੁਸੀਂ ਲੈ ਜਾਓ, ਸੁਰਜੀਤ ਸਿੰਘ ਐਂਡ ਸੰਸ ਤੋਂ ਲੈ ਜਾਓ। ਤੁਸੀਂ ਆਏ ਹੋ, ਇਹਨਾਂ ਲੋਕਾਂ ਨੇ ਇੰਨਾ ਪਿਆਰ ਦਿੱਤਾ, 100 ਰੁਪਏ ਦੀ ਪੈਂਟ ਸ਼ਰਟ ਵੀਰੇ, 100 ਰੁਪਏ ਦੀ ਪੈਂਟ ਸ਼ਰਟ। ਪਹਿਲਾਂ ਮੇਲੇ ਨੇ ਕੱਪੜਾ ਬਣਾਉਣਾ ਹੈ, ਫਿਰ ਡਿਸਟ੍ਰੀਬਿਊਟਰ ਨੇ ਕਮਾਈ ਖਾਣੀ, ਫਿਰ ਹੋਲਸੇਲ ਨੇ ਖਾਣੀ। ਅਸੀਂ ਹੋਲਸੇਲ ਵੀ ਕੱਢਤਾ, ਡਿਸਟ੍ਰੀਬਿਊਟਰ ਵੀ ਕੱਢਤਾ, ਡਾਇਰੈਕਟ ਮੇਲਾਂ ਕੰਮ ਕਰ ਰਹੇ ਹਾਂ ਵੀਰੇ। ਦਸੰਬਰ ਦੇ ਮਹੀਨੇ 'ਚ ਕੋਈ ਕਮਾਈ ਨਹੀਂ ਲੈਣੀ ਵੀਰ ਜੀ, ਬਿਲਕੁਲ ਨੋ ਪ੍ਰੋਫਿਟ ਨੋ ਲੋਸ। ਕੰਮ ਵਿੱਚ ਵਾਧਾ ਵੀਰੇ ਤਾਂ ਹੀ ਹੋਏਗਾ ਜੇ ਵਿਕਾਸ ਨੂੰ ਲੁੱਟਾਂਗੇ ਨਹੀਂ, ਜਾਇਜ਼ ਪ੍ਰੋਫਿਟ ਲਵਾਂਗੇ। ਸਿਰਫ 250 ਰੇਂਜ ਜੀ, 5 ਮੀਟਰ ਸੂਟ ਆ ਜੀ ਆਲ ਓਵਰ। ਹੈਲੋ, ਸ਼ਾਲ ਸੂਟ ਸਿਰਫ 300 ਰੁਪਏ ਦਾ ਵੀਰ ਜੀ, ਕਿਤੋਂ ਨਹੀਂ ਮਿਲੂਗਾ ਇੰਨੀ ਵਧੀਆ ਸਟੋਰ ਨਾਲ। ਇਹ ਸੂਟ ਵੀਰੇ ਬਾਜ਼ਾਰ 'ਚ ਵਿਕ ਰਿਹਾ 750, 850, ਜਿਹਦੇ ਕੋਲ ਜਿੰਨਾ ਮੂੰਹ ਖੁੱਲ੍ਹਦਾ ਵੇਚ ਦਿੰਦਾ ਹੈ, ਪਰ ਆਪਣੇ ਕੋਲ ਵੀਰੇ ਉਹ ਕੰਮ ਨਹੀਂ, ਸਿਰਫ ਔਰ ਸਿਰਫ 400 ਦਾ। ਇਹ ਵਾਲਾ ਵੀਰ ਤੁਹਾਨੂੰ ਸੂਟ ਦੇਵਾਂਗੇ ਸਿਰਫ ਔਰ ਸਿਰਫ 525 ਰੁਪਏ ਦਾ, 850 ਤੇ ਵੈਲਵਟ ਦੇ ਸ਼ੋਲ ਨਾਲ ਸੂਟ। ਕੋਈ ਨਹੀਂ ਵੀਰੇ ਕਿਤੋਂ ਦਊਗਾ, ਕਿਤੋਂ ਵੀ ਨਹੀਂ ਮਿਲੂਗਾ। ਅਸੀਂ ਮਹੀਨੇ ਤੋਂ 2 ਮਹੀਨੇ ਅੰਦਰ ਇਹ ਕੋਸ਼ਿਸ਼ ਕਰਨੀ ਆ ਵੀ ਪੂਰੇ ਦੁਨੀਆ ਨਾਲੋਂ ਸਸਤਾ ਕੱਪੜਾ ਸੁਰਜੀਤ ਸਿੰਘ ਐਂਡ ਸੰਸ ਹੀ ਮਿਲੂਗਾ। ਆਊਟ ਆਫ ਸਟੋਕ ਵਾਲੀ ਕੋਈ ਕਹਾਣੀ ਨਹੀਂ ਹੈਗੀ, ਉਹ ਕੁਛ ਦੁਕਾਨਦਾਰ ਬਹਾਨਾ ਮਾਰਦੇ ਨੇ ਸਸਤਾ ਕਹਿ ਕੇ ਬਾਅਦ 'ਚੋਂ ਦੇਣ ਦੀ ਨੀਤ ਨਹੀਂ ਹੁੰਦੀ। ਆਹ ਦੇਖੋ ਚੁੰਨੀ ਫੁਲਕਾਰੀ ਵਾਲੀ, ਇਹ ਤੁਹਾਨੂੰ ਵੀ ਸੂਟ ਪਤਾ ਸਿਰਫ 1100 ਰੁਪਏ ਦਾ। ਜਿਹੜਾ ਬੰਦਾ ਕੋਈ 100 ਕਿਲੋਮੀਟਰ 200 ਕਿਲੋਮੀਟਰ ਚੱਲ ਕੇ ਆਉਂਦਾ ਨਾ, ਜਿਹਨੂੰ ਕੋਈ ਵੀ ਦੁਕਾਨਦਾਰ ਠੱਗੂਗਾ, ਦੁਬਾਰਾ ਨਹੀਂ ਖਲਾਉਣ ਲੱਗਿਆ ਵੀਰੇ। ਨੈੱਕ ਦੇ ਵਰਤ ਦੇਖ ਲਓ, ਸਫਾਈ ਵਾਲਾ ਕੰਮ, ਕਾਪੀਆਂ ਆਉਂਦੀਆਂ ਨੇ ਵੀਰੇ 800-900 ਹਜ਼ਾਰ, ਅਸੀਂ ਘਟੀਆਂ ਨਹੀਂ ਵੇਚਣਾ, ਕੁਆਲਿਟੀ ਪਹਿਲਾਂ ਦੇਵਾਂਗੇ। ਬਹੁਤ ਮੈਂ ਦੇਖੀ ਆ, ਬੜੇ ਵੀਰਾਂ ਨੇ ਵੀਡੀਓ ਪਾਈਆਂ, ਉਹਨਾਂ ਦੇ ਕੰਮ ਵੀ ਚੱਲ ਪਏ, ਪਰ ਉਹਨਾਂ ਨੇ ਕੀ ਕੀਤਾ, ਕੰਮ ਚੱਲ ਪਏ ਨਾ ਉਹਨਾਂ ਨੇ ਰੇਟ ਵਧਾ ਤੇ। ਹੁਣ ਵੀ ਜਿਹੜਾ ਗ੍ਰਾਹਕ ਆਊਗਾ ਉਹ 20,000 ਸ਼ੋਪਿੰਗ ਕਰੂਗਾ, ਉਹਨੂੰ ਵੀ ਦੇਵਾਂਗੇ, ਕੰਬਲ ਲਵੇ, ਟੈਚੀ ਲਵੇ, ਜੋ ਉਹਨੂੰ ਪਸੰਦ ਆ ਦੇਵਾਂਗੇ। ਕੱਪੜੇ ਦੁਕਾਨ 'ਤੇ ਹਲਵਾਈਆਂ ਦਾ ਕੰਮ ਕੀਤਾ ਹੋਇਆ, ਕੱਪੜੇ ਨੂੰ ਲੱਡੂ ਲਏ ਪਏ ਨੇ, ਦੇਖੋ ਜੀ ਵੀਰ ਜੀ 1920 ਰੁਪਏ ਆਪਾਂ ਨੂੰ ਕੋਸਟ ਕਰ ਰਹੇ ਆ, ਤੁਹਾਨੂੰ 1950 ਦੇਵਾਂਗੇ ਵੀਰ ਜੀ। ਜਿਹੜੇ ਜਿਹੜੇ ਬਾਜ਼ਾਰ ਤੋਂ ਇੱਕ ਸੂਟ ਮਿਲਣਾ, ਸਾਡੇ ਦੁਕਾਨ ਤੁਹਾਨੂੰ ਸੂਟ 2 ਮਿਲਣੇ ਉਹ ਰੇਟ 'ਤੇ, 4000 ਰੁਪਏ ਵਾਲਾ ਪੀਸ ਵੀ ਜੀ 2900 ਦੇਵਾਂਗੇ। ਲੋਕ ਵੇਚਦੇ ਨੇ 800-900, 550 ਵੀਰੇ ਸ਼ਾਲ ਸੂਟ ਫੋਟੋ ਵਾਲਾ। ਤੁਹਾਡੇ ਨਾਲ ਇਹ ਜਵਾਨ ਹੋ ਗਈ ਵੀ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਨਿਰਾਸ਼ ਨਹੀਂ, ਦੁਕਾਨ ਤੋਂ ਮੁੜਨਾ ਪਊਗਾ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਤੱਗੜ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੀ ਇਤਿਹਾਸਿਕ ਧਰਤੀ ਸ਼੍ਰੀ ਮਾਛੀਵਾੜਾ ਸਾਹਿਬ, ਜਿੱਥੇ ਅੱਜ ਤੋਂ ਕਰੀਬ ਅਸੀਂ 20 ਕੁ ਦਿਨ ਪਹਿਲਾਂ ਇੱਥੇ ਪਹਿਲਾਂ ਪਹੁੰਚੇ ਸੀ, ਸੁਰਜੀਤ ਸਿੰਘ ਐਂਡ ਸੰਸ ਸਟੋਰ 'ਤੇ, ਜਿਹੜਾ ਕਿ ਇੱਥੇ ਕੱਪੜੇ ਦਾ ਬਹੁਤ ਹੀ ਵੱਡਾ ਅਤੇ ਮਸ਼ਹੂਰ ਸ਼ੋਰੂਮ ਹੈਗਾ। ਉਹਨਾਂ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਗਏ ਸਨ, ਉਹ ਕਹਿੰਦੇ ਸਨ ਉਹਨਾਂ ਤੋਂ ਵਧੀਆ ਵਰਾਇਟੀ ਅਤੇ ਉਹਨਾਂ ਤੋਂ ਘੱਟ ਰੇਟ ਕੋਈ ਵੀ ਇਸ ਏਰੀਏ ਵਿੱਚ ਨਹੀਂ ਦੇ ਸਕਦਾ। ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇੱਥੇ ਆ ਕੇ ਸ਼ੋਪਿੰਗ ਕੀਤੀ, ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਵੀ ਸਹਿਮਤੀ ਜਾਈ, ਕਹਿੰਦੇ ਵਾਕਈ ਜੋ ਉਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾਇਆ, ਜੋ ਵਰਾਇਟੀ ਸਾਨੂੰ ਕੈਮਰੇ 'ਤੇ ਦਿਖਾਈ ਸੀ ਉਹ ਸਾਨੂੰ ਦਿੱਤੀ ਵੀ ਆ, ਅਤੇ ਜੋ ਰੇਟ ਕਹੇ ਸੀ ਉਹਨਾਂ ਰੇਟਾਂ 'ਤੇ ਮਿਲੇ ਆ। ਦੂਜੇ ਪਾਸੇ ਜਦੋਂ NRI ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਫੋਨ ਦੇ ਉੱਤੇ ਸ਼ੋਪਿੰਗ ਕੀਤੀ ਆ, ਸਾਨੂੰ ਉਹਨਾਂ ਦੇ ਸਟਾਫ ਨੇ ਵੀਡੀਓ ਕਾਲ ਕਰਕੇ ਬਹੁਤ ਵਧੀਆ ਢੰਗ ਨਾਲ ਜਿਹੜੀ ਵਰਾਇਟੀ ਦਿਖਾਈ ਆ, ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਸਾਨੂੰ ਉਹਨਾਂ ਨੇ ਕੱਪੜੇ ਵੀ ਅਤੇ ਕੋਰੀਅਰ ਕਰ ਦਿੱਤੇ ਆ। ਸੋ ਉਹਨਾਂ ਦਾ ਜਦੋਂ ਰਿਵਿਊ ਜਾਣਿਆ ਤਾਂ ਬਹੁਤ ਹੀ ਵਧੀਆ ਲੱਗਾ, ਅਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਕਿ ਕਸਟਮਰ ਆ ਉਹਨਾਂ ਨੂੰ ਫੈਸਿਲਿਟੀ ਦਿੱਤੀ ਆ। ਹੁਣ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਸਾਡੇ ਦਰਸ਼ਕਾਂ ਦੀ, ਉਹ ਕਹਿੰਦੇ ਇੱਕ ਵਾਰੀ ਫੇਰ ਜਾਓ, ਸਾਨੂੰ ਉੱਥੇ ਦੀ ਵਰਾਇਟੀ ਦਿਖਾਓ, ਉੱਥੇ ਦੇ ਡਿਜ਼ਾਇਨ ਦਿਖਾਓ, ਕੀ ਪ੍ਰਾਈਸ ਦੇ ਵਿੱਚ ਕੋਈ ਡਿਫਰੈਂਸ ਹੈਗਾ, ਹੁਣ ਸਰਦੀਆਂ ਦੇ ਮੌਸਮ ਆ, ਗਰਮ ਸੂਟ ਵੀ ਦਿਖਾਓ। ਅਤੇ ਹੁਣ ਆਪਾਂ ਜਾ ਰਹੇ ਹਾਂ ਸੁਰਜੀਤ ਸਿੰਘ ਐਂਡ ਸੰਸ ਸਟੋਰ 'ਤੇ, ਉੱਥੇ ਜਾ ਕੇ ਵੇਖਾਂਗੇ ਇਸ ਵਾਰ ਦੀ ਵਰਾਇਟੀ ਅਤੇ ਪ੍ਰਾਈਜ਼, ਅਤੇ ਉਹਨਾਂ ਤੋਂ ਹੋਰ ਵੀ ਜਾਣਾਂਗੇ ਅਹਿਮ ਗੱਲਾਂ ਕਿ ਹੋਰ ਕਸਟਮਰ ਨੂੰ ਕੀ ਫਾਇਦੇ ਦੇ ਰਹੇ ਆ। ਆਓ ਚਲੀਏ। ਸੋ ਫਾਈਨਲੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸੁਰਜੀਤ ਸਿੰਘ ਐਂਡ ਸੰਜ਼ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ, ਇੱਥੇ ਤੁਹਾਨੂੰ ਦਿਖਾਵਾਂਗੇ ਹਰ ਤਰ੍ਹਾਂ ਦੀ ਵਰਾਇਟੀ ਜਿਹੜਾ ਕਿ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ। ਇਹ ਗੁਰਦੁਆਰਾ ਸਿੰਘ ਸਾਹਿਬ ਜਿਹੜਾ ਕਿ
इस दे बिल्कुल ऑपोजिट हैगा आ। सवेर दे जिहड़े 6:30 हो चुके आ ते इत्थे असीं कुछ दिन पहला आए सी, तुहानूं वैरायटी भी दिखाई सी, प्राइज़ भी दिखाई सी, ते बहुत सारे लोगों ने इत्थे आ के फायदा उठाया ते उहनां दे विच खुशी भी सीगी। ਉਹ ਕਹਿੰਦੇ ਆ ਵੀ ਜ਼ਿਆਦਾਤਰ ਦੁਕਾਨਦਾਰ ਕੱਪੜੇ ਦਿਖਾ ਦਿੰਦੇ ਆ ਅਤੇ ਜਦੋਂ ਅਸੀਂ ਦੁਕਾਨ 'ਤੇ ਜਾ ਕੇ ਵੇਖਦੇ ਹਾਂ ਤਾਂ ਉਹ ਕੱਪੜੇ ਨਹੀਂ ਮਿਲਦੇ, ਕਹਿ ਦਿੰਦੇ ਆ ਆਊਟ ਆਫ ਸਟੋਕ ਹੈਗਾ ਆ ਜਾਂ ਸਾਡੇ ਕੋਲ ਇਹ ਵਿਕ ਚੁੱਕੇ ਆ, ਅਤੇ ਜਦੋਂ ਪਹੁੰਚਦਾ ਉੱਥੇ ਮਹਿੰਗੇ ਕੱਪੜੇ ਦਿਖਾਏ ਜਾਂਦੇ ਆ। ਪਰ ਇਸ ਦੁਕਾਨ ਨੇ ਬਹੁਤ ਵੱਡਾ ਲੋਕਾਂ ਦਾ ਫਾਇਦਾ ਕੀਤਾ, ਲੋਕ ਸੰਤੁਸ਼ਟ ਆ। ਉਹ ਕਹਿੰਦੇ ਆ ਜੋ ਸਾਨੂੰ ਕੈਮਰੇ 'ਤੇ ਦਿਖਾਇਆ ਉਹ ਜਿਹੜਾ ਕਿ ਸਾਨੂੰ ਉੱਥੇ ਮਿਲਿਆ ਵੀ ਹੈਗਾ ਆ। ਬਹੁਤ ਦੂਰੋਂ ਦੂਰੋਂ ਕਸਟਮਰ ਆਏ ਆ, ਉਹਨਾਂ ਦੀ ਵੱਡੀ ਡਿਮਾਂਡ ਸੀਗੀ, ਇੱਕ ਵਾਰ ਫਿਰ ਜਾ ਕੇ ਤੁਸੀਂ ਦਿਖਾਓ ਕੀ ਵਰਾਇਟੀ ਹੈਗੀ ਆ। ਇੱਥੋਂ ਦੇ ਜਿਹੜੇ ਓਨਰ ਜਗਦੀਪ ਸਿੰਘ ਇੱਥੇ ਬੈਠੇ ਹੈਗੇ ਆ, ਉਹਨਾਂ ਦਾ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਜਿਹੜਾ ਕਿ ਤੁਸੀਂ ਵੇਖ ਸਕਦੇ ਆ ਕਿ ਲੋਕ 10 ਵਜੇ ਆਪਣੇ ਦੁਕਾਨਾਂ ਦੇ ਸ਼ਟਰ ਚੱਕਦੇ ਆ ਅਤੇ 22 ਜੂਨੀ 6 ਵਜੇ ਇੱਥੇ ਆ ਜਾਂਦੇ ਆ। ਹੁਣ ਵੀ ਜਿਹੜਾ 6:30 ਦਾ ਟਾਈਮ ਹੋ ਚੁੱਕਾ ਸਵੇਰ ਦਾ, ਇਹਨਾਂ ਦਾ ਸਟਾਫ ਵੀ ਪਹੁੰਚਿਆ ਹੋਇਆ ਆ, ਆਪ ਵੀ ਖੁਦ ਬੈਠੇ ਹੋਏ ਆ। ਹੁਣ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਸ ਵਾਰ ਦੀ ਕੀ ਵਰਾਇਟੀ ਆ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਠੀਕ ਠਾਕ ਹੋ? ਬਹੁਤ ਕਿਰਪਾ ਜੀ, ਬਹੁਤ ਕਿਰਪਾ। ਭਾਈ ਸਵੇਰੇ ਆ ਕੇ ਤੁਸੀਂ ਬੈਠ ਜਾਂਦੇ ਹੋ 6:30 ਵਜੇ, ਇੰਨੀ ਜ਼ਿਆਦਾ ਮਿਹਨਤ, ਇੰਨਾ ਅਰਲੀ ਆਉਣ ਦਾ ਕੀ ਮੰਤਵ ਹੁੰਦਾ ਤੁਹਾਡਾ? ਮਿਹਨਤ ਵੀ ਆ ਅਤੇ ਲੋਕਾਂ ਦਾ ਪਿਆਰ ਬਹੁਤ ਆ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਪਿਛਲੀ ਵਾਰ ਸਾਡੇ ਕੋਲ ਆਏ ਸੀ ਨਾ, ਸਾਨੂੰ ਉਹਦੇ ਨਾਲ ਇੰਨਾ ਕੁ ਵਧੀਆ ਰਿਸਪੋਂਸ ਮਿਲਿਆ, ਇੰਨਾ ਕੁ ਲੋਕਾਂ ਦਾ ਪਿਆਰ ਮਿਲਿਆ। ਅਸੀਂ ਪਹਿਲਾਂ 6:30 ਦੁਕਾਨ ਖੋਲ੍ਹਦੇ ਵਿੱਚ 6 ਵਜੇ ਖੋਲ੍ਹੀ ਦੇ ਵੀਰ ਜੀ, ਉਹਦਾ ਰੀਜ਼ਨ ਇੱਕ ਇਹ ਵੀ ਆ ਕਿ ਸਟੋਕ ਜਿਹੜਾ ਸਵੇਰੇ ਸਵੇਰੇ ਆਉਂਦਾ ਆ, ਪਹਿਲਾਂ ਸਟੋਕ ਨੂੰ ਸੈਟਿੰਗ ਕਰਨੀ ਹੁੰਦੀ ਆ, ਮਾਲ ਸਾਰਾ ਖੋਲ੍ਹਣਾ ਹੁੰਦਾ, ਖਾਨੇ ਲਗਾਉਣਾ ਹੁੰਦਾ, ਸਟੋਰਾਂ 'ਚ ਪਹੁੰਚਾਉਣਾ ਹੁੰਦਾ। ਇਸ ਲਈ ਥੋੜ੍ਹਾ ਜਲਦੀ ਆਈਦਾ, ਜਿੰਨੀ ਜਲਦੀ ਆਵਾਂਗੇ ਵੀਰ ਜੀ ਉੱਨੀ ਜਲਦੀ ਖੁਦ ਤਿਆਰ ਹੋਵਾਂਗੇ, ਕਸਟਮਰ ਨੂੰ ਅਟੈਂਡ ਕਰਨ ਜੋਗੇ ਹੋਵਾਂਗੇ। ਜੇ ਅਸੀਂ ਆਵਾਂਗੇ ਵੀਰ ਜੀ ਲੇਟ ਤਾਂ ਕਸਟਮਰ ਸਾਡੇ 7 ਵਜੇ ਤੱਕ ਕਸਟਮਰ ਪਹੁੰਚ ਜਾਂਦਾ, 7:30 ਤੱਕ ਲੋਕ ਕੋਈ ਮੋਗੇ ਤੋਂ ਆਉਂਦਾ, ਕੋਈ ਬਠਿੰਡੇ ਤੋਂ, ਕੋਈ ਬਰਨਾਲੇ ਤੋਂ, ਜਿਹੜਾ ਕਸਟਮਰ ਆਏਗਾ ਜੇ ਅਸੀਂ ਉਹਨੂੰ ਅਟੈਂਡ ਹੀ ਨਹੀਂ ਕਰ ਸਕਦੇ ਟਾਈਮ ਨਾਲ ਤਾਂ ਵੀਰ ਜੀ ਕੀ ਕਰਾਂਗੇ। ਇਸ ਲਈ ਤਾਂ ਥੋੜ੍ਹਾ ਜਲਦੀ ਆ ਕੇ ਪਹਿਲਾਂ ਮਾਲ ਸਾਰਾ ਪ੍ਰਿਪੇਅਰ ਕਰਕੇ ਸਾਰਾ ਮਾਲ ਸੈਟਿੰਗ ਕਰਕੇ ਕਸਟਮਰ ਦੇ ਲਈ ਬੈਠੇ ਨੇ। ਜੇਕਰ ਆਪਾਂ ਪੁੱਛੀਏ ਤਾਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਆਪਾਂ, ਉਸ ਤੋਂ ਬਾਅਦ ਕਿਹੜੇ ਕਿਹੜੇ ਸ਼ਹਿਰਾਂ ਤੋਂ, ਪੰਜਾਬ ਦੀਆਂ ਤੋਂ ਇੱਥੇ ਕਸਟਮਰ ਆਏ ਆ ਅਤੇ ਉਹ ਕਿੰਨਾ ਕੁ ਫਾਇਦਾ ਇੱਥੋਂ ਉਠਾਏ ਗਏ ਆ? ਵੀਰ ਜੀ ਤੁਸੀਂ ਕਿਸੇ ਵੀ ਕਸਟਮਰ ਨੂੰ ਵੀਡੀਓ ਨਹੀਂ ਚਾਹੁੰਦੇ, ਕਮੈਂਟ ਆਣਗੇ ਕਿਸੇ ਵੀ ਕਸਟਮਰ ਨੂੰ ਪੁੱਛਣਾ ਕਿ ਲੋਕਾਂ ਨੂੰ ਇਹ ਫੀਲ ਕਿਵੇਂ ਆ। ਸਾਨੂੰ ਸਾਰੇ ਕਸਟਮਰ ਇਹ ਕਹੇ ਆ ਕਿ ਸਾਨੂੰ ਦੁਕਾਨ ਦੀ ਫੀਲ ਨਹੀਂ ਹੋ ਰਿਹਾ, ਸਾਨੂੰ ਇਹ ਲੱਗ ਰਿਹਾ ਕਿ ਪਰਿਵਾਰ 'ਚ ਬੈਠ ਕੇ ਕੱਪੜੇ ਖਰੀਦ ਰਹੇ ਹਾਂ। ਵੀਰ ਜੀ ਸਾਨੂੰ ਜ਼ਿਆਦਾ ਰਿਸਪੋਂਸ ਮੋਗੇ ਤੋਂ, ਬਠਿੰਡੇ ਤੋਂ, ਬਰਨਾਲੇ ਤੋਂ, ਸੰਗਰੂਰ ਤੁਹਾਡੇ ਬਹੁਤ ਗਾ ਰਿਹਾ ਵੀਰ ਜੀ, ਬਾਕੀ ਆਊਟ ਆਫ ਸਟੇਟ ਗੱਲ ਉੱਤਰਾਖੰਡ ਤੁਹਾਡੇ ਬਹੁਤ ਗਾ ਰਿਹਾ, ਅਤੇ ਦਿੱਲੀ ਤੋਂ ਵੀ ਕਸਟਮਰ ਨੇ ਬਹੁਤ ਸ਼ੋਪਿੰਗ ਕੀਤੀ ਆ, ਬਾਕੀ ਅਮੈਰੀਕਾ, ਕੈਨੇਡਾ, ਇੰਗਲੈਂਡ ਤੋਂ, ਨਿਊਜ਼ੀਲੈਂਡ ਤੋਂ ਲੋਕਾਂ ਨੇ ਬਹੁਤ ਸ਼ੋਪਿੰਗ ਕੀਤੀ। ਰੋਪੜ ਦਾ ਰਿਸਪੋਂਸ ਬਹੁਤ ਆਇਆ ਅਤੇ ਜਲੰਧਰ ਸਾਈਡ ਤੋਂ ਰਿਸਪੋਂਸ ਬਹੁਤ ਆ ਰਿਹਾ, ਹੁਸ਼ਿਆਰਪੁਰ ਤੋਂ ਆ ਰਿਹਾ, ਨਵੇਂ ਸ਼ਹਿਰ ਤੋਂ, ਆਲ ਓਵਰ ਪੰਜਾਬ ਤੋਂ ਲੋਕ ਆ ਹੀ ਰਹੇ ਨੇ, ਪੰਜਾਬ ਤੋਂ ਬਾਹਰ ਦੇ ਲੋਕ ਵੀ ਬਹੁਤ ਆ ਰਹੇ ਆ, ਅਤੇ ਮਤਲਬ ਆਲ ਓਵਰ ਵਰਲਡ ਸ਼ੋਪਿੰਗ ਕਰ ਰਿਹਾ। ਲੋਕਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਮਿਲ ਕੇ, ਸਾਨੂੰ ਵੀ ਇੰਨਾ ਪਿਆਰ ਮਿਲ ਰਿਹਾ। ਅਸੀਂ ਇਸ ਵਾਰੀ ਤੁਸੀਂ ਰੇਟ ਦੇਖੋਗੇ ਪਹਿਲਾਂ ਨਾਲੋਂ ਹੋਰ ਘੱਟ ਚੁੱਕੇ ਨੇ। ਇਹਦਾ ਰੀਜ਼ਨ ਕੀ ਆ? ਪਹਿਲਾਂ ਅਸੀਂ ਲੈਂਦੇ ਸੀ ਡਿਸਟ੍ਰੀਬਿਊਟਰ ਤੋਂ, ਹੋਲਸੇਲਰ ਲੋਕ ਲੈਂਦੇ ਨੇ, ਅਸੀਂ ਹੋਲਸੇਲਰ ਤੋਂ ਪਹਿਲਾਂ ਵੀ ਨਹੀਂ ਲੈਂਦੇ, ਡਾਇਰੈਕਟ ਲੈਂਦੇ ਡਿਸਟ੍ਰੀਬਿਊਟਰ ਤੋਂ। ਹੁਣ ਅਸੀਂ ਡਿਸਟ੍ਰੀਬਿਊਟਰ ਵਿੱਚੋਂ ਕੱਟ ਕੇ ਡਾਇਰੈਕਟ ਮਿਲਣ ਨਾਲ ਹੱਥ ਜੋੜਦੇ ਆ। ਜੇ ਤੁਹਾਡਾ ਪਿਆਰ ਲੋਕਾਂ ਦਾ ਇੱਦਾਂ ਹੀ ਬਣਿਆ ਰਿਹਾ ਨਾ, ਤਾਂ ਆਪਾਂ ਥੋੜ੍ਹੇ ਟਾਈਮ ਵਿੱਚ ਗਾਹਕਾਂ ਦੇ ਪਿਆਰ ਨਾਲ ਹੀ ਆਪਾਂ ਮਿਲਾਂ ਹੀ ਖੁਦ ਲਾਵਾਂਗੇ, ਅਤੇ ਹੁਣ ਜੋ ਸਾਡਾ ਰੇਟ ਹੋਏਗਾ ਪੂਰੇ ਪੰਜਾਬ 'ਚ ਕੀ ਆਲ ਓਵਰ ਵਰਲਡ ਕੋਈ ਨਹੀਂ ਦੇਗਾ। ਨਾਲੇ ਦੂਸਰੀ ਗੱਲ, ਇਹ ਮਹੀਨਾ ਵਰ ਦਸੰਬਰ ਦਾ ਆ ਚੁੱਕਿਆ, ਸਾਡੇ ਮਾਛੜ ਸਾਹਿਬ ਇਤਿਹਾਸਿਕ ਧਰਤੀ ਹੈ ਜੀ, ਸ਼ਹੀਦੀ ਦਿਹਾੜੇ ਪੋਹ ਦੇ ਮਹੀਨੇ ਜਾਣੇ ਆ ਜੀ। ਅਸੀਂ ਉਹਦੇ ਲਈ ਇਹ ਮੰਚ ਧਾਰਿਆ ਕਿ ਹਰ ਬੰਦਾ ਆਪਣੇ ਆਪ ਤਰੀਕੇ ਨਾਲ ਸੇਵਾ ਕਰਦਾ। ਅਸੀਂ ਜੋ ਦੁਕਾਨਦਾਰ ਹਾਂ, ਦੁਕਾਨ ਛੱਡ ਕੇ ਚਲੋ ਇੱਕ ਦਿਨ ਆਪਾਂ ਲੰਗਰਾਂ ਸੇਵਾ ਹਰ ਕੋਈ ਕਰਦਾ, ਪਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਦਸੰਬਰ ਦੇ ਪੂਰੇ ਮਹੀਨੇ ਅਸੀਂ ਨੋ ਪ੍ਰੋਫਿਟ ਨੋ ਲੋਸ ਦੇ ਖੇਲਣਾ, ਕੁਛ ਕਮਾਈ ਨਹੀਂ ਫਾਲਤੂ ਲੈਣੀ ਗਾਹਕ ਤੋਂ। ਜੋ ਸੁਣ ਸੂਟ ਆਏਗਾ, ਜੋ ਉਹਦੇ ਨਾਲ ਸਿਰਫ ਖਰਚਾ ਪਾਣੀ ਹੋਏਗਾ, ਉਹੀ ਲਵਾਂਗੇ। ਕਮਾਈ ਵੱਲ ਨੂੰ ਨਹੀਂ ਭੱਜਣਾ, ਦਸੰਬਰ ਦੇ ਮਹੀਨੇ 'ਚ ਕੋਈ ਕਮਾਈ ਨਹੀਂ ਲੈਣੀ ਵੀਰ ਜੀ, ਬਿਲਕੁਲ ਨੋ ਪ੍ਰੋਫਿਟ ਨੋ ਲੋਸ। ਅਤੇ ਜੇ ਪਿਆਰ ਇੱਦਾਂ ਹੀ ਬਣਿਆ ਰਿਹਾ ਨਾ, ਤਾਂ ਤੁਹਾਨੂੰ ਅੱਗੇ ਵੀ ਇਹੀ ਰੇਟ ਦਿੰਦੇ ਰਹਾਂਗੇ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਹੈ, ਕਿਉਂਕਿ ਹਰ ਕੋਈ ਬੰਦਾ ਆਪਣੇ ਕਿੱਤੇ ਦੇ ਵਿੱਚ ਬੈਠਾ ਆਪਣੇ ਤਰੀਕੇ ਨਾਲ ਕੰਮ ਕਰਦਾ। ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਹੁਤ ਹੀ ਵੱਡੀ ਇਤਿਹਾਸਿਕ ਧਰਤੀ ਹੈਗੀ ਆ ਪੂਰੀ ਦੁਨੀਆ ਦੀ, ਸ਼੍ਰੀ ਮਾਛੀਵਾੜਾ ਸਾਹਿਬ ਇੱਥੇ ਸ਼ਹੀਦੀ ਦਿਹਾੜਾ ਹੈਗਾ, ਇਹਨਾਂ ਦਾ ਕਹਿਣਾ ਵੀ ਅਸੀਂ ਇਹਦੇ ਵਿੱਚ ਵੀ ਆਪਣੇ ਤਰੀਕੇ ਨਾਲ ਸੇਵਾ ਕਰਾਂਗੇ, ਜੋ ਵੀ ਕੋਸਟ ਟੂ ਕੋਸਟ ਹੈਗਾ ਉਹਦੇ ਵਿੱਚ ਅਸੀਂ ਕੱਪੜੇ ਲੋਕਾਂ ਦੇਵਾਂਗੇ। ਪਰ ਜਿਹੜੇ ਦੂਜੇ ਪਾਸੇ ਤੁਸੀਂ NRI ਕਸਟਮਰ ਦੀ ਗੱਲ ਕੀਤੀ ਹੈ, ਜਿਹੜੇ NRI ਕਸਟਮਰ ਸਨ ਨਾ, ਉਹ ਤੁਹਾਡੇ ਨਾਲ ਕਿੱਦਾਂ ਜੁੜੇ, ਤੁਸੀਂ ਉਹਨਾਂ ਨੂੰ ਕਿੱਦਾਂ ਰਿਸਪੋਂਸ ਦਿੱਤਾ ਅਤੇ ਕਿਵੇਂ ਕਿਵੇਂ ਫੈਸਿਲਿਟੀ ਦਿੱਤੀ ਅਤੇ ਉਹਨਾਂ ਦਾ ਰਿਸਪੋਂਸ ਕੀਤਾ ਆ, ਅਤੇ ਹੁਣ ਤੱਕ ਤੁਸੀਂ ਕਿੰਨੇ ਕੁ ਲੋਕਾਂ ਨੂੰ ਜਿਹੜੇ ਕੋਰੀਅਰ ਭੇਜ ਚੁੱਕੇ ਆ? ਵੀਰ ਜੀ ਗਿਣਤੀ ਕਰਨੀ ਤਾਂ ਬਹੁਤ ਮੁਸ਼ਕਿਲ ਆ, ਕਿਉਂਕਿ ਰੋਜ਼ ਪਤਾ ਨਹੀਂ ਕਿੰਨੇ ਕਿਸਮ ਸ਼ੋਪਿੰਗ ਕਰਦੇ ਆ। ਗਿਣਤੀ ਤਾਂ ਮੈਂ ਨਹੀਂ ਦੱਸ ਸਕਦਾ, ਪਰ ਮੈਂ ਇੰਨਾ ਤੁਹਾਨੂੰ ਕਹਿ ਸਕਦਾ ਵੀ ਜਿੰਨੇ ਵੀ ਲੋਕ ਇਹਨਾਂ ਨੇ ਸ਼ੋਪਿੰਗ ਕੀਤੀ ਆ, ਸਾਡੇ ਤਾਂ ਸਾਰੇ ਸੈਟਿਸਫਾਈ ਨੇ, ਸਾਰੇ ਖੁਸ਼ ਲੈ ਰਹੇ ਸ਼ੋਪਿੰਗ ਕਰ ਰਹੇ ਨੇ। ਅਤੇ ਦੂਸਰੀ ਗੱਲ, ਜਿੰਨਿਆਂ ਨੇ ਵੀ ਸਾਨੂੰ ਅਸੀਂ ਵੀਡੀਓ ਕਾਲ ਰਾਹੀਂ ਸੂਟ ਦਿਖਾਉਂਦੇ ਹਾਂ, ਕਿਉਂਕਿ ਗੱਲ ਕੀ ਹੁੰਦੀ ਆ, ਫੋਟੋਆਂ ਲੋਕ ਕੀ ਕਰਦੇ ਨੇ, ਕੁਛ ਦੁਕਾਨਦਾਰ ਕੁਛ ਇਹਨਾਂ ਦੇ ਵੀ ਡਰਦੇ ਨੇ ਅੱਜ ਕੱਲ੍ਹ, ਕਈ ਦੁਕਾਨਦਾਰ ਫਰੋਡ ਕਰਦੇ ਨੇ, ਫੋਟੋਆਂ ਪਾ ਦਿੰਦੇ ਨੇ, ਬਾਅਦ ਸੂਟ ਬਣਾਉਣ
एक इंग्लैंड का कस्टमर से उन्हें सिर्फ 300 सूट लेने सर तो उन्हें इन्ने कुछ सूट जटे उन्हें मेरे को भी 13 सूट शॉपिंग कर ली। वो कहें मेरा तो मन ये कर रहा कि मैं उत्थे खुद वेचन लग जावा। तुम देखो जो अगले इन्ना वधिया लग रहा सानू भी खुशी होंगी है कि कई साड़ियां भैन जो सिर्फ कमरे खरीदन आईया सी अज घर बैठ के वेच रही ने रीसेलर बन चुकी ने वो क्योंकि असी सूट जो 800 बजार विकता है असं उन्होंने 500 दे रहे हैं। वो की कर रहे 500 लैके 550-600 वेच रहे हैं ना 150 सूट उन्होंने जुड़ रहे हैं। असं सब यही बेनती करते हैं भी असं भी जायज़ प्रॉपर्टी वेच रहे हैं तुम भी जायज़ ही वेचो काम में वाधा फिर ता ही होगा जब कार लुटा नहीं जायज़ प्रॉपर्टी लवेंगे। भाई गल्लां बातें आप करते रहेंगे क्योंकि साढ़े दर्शकों की वड्डी डिमांड तो यह है वो कहते सूँ वरायटी दिखा दौ प्राइस दिखा दौ ਕਿਹੜੇ ਕਿਹੜੇ ਡਿਜ਼ਾਈਨ ਹੈਗੇ ਆਪਾਂ ਉਹ ਵੀ ਨਾਲ ਨਾਲ ਦੇਖੀ ਜਾਂਦੇ ਆ ਗੱਲਾਂ ਬਾਤ ਤੁਸੀਂ ਇੱਧਰ ਆ ਜਾਓ ਥੋੜਾ ਜਿਹਾ ਈਜ਼ੀ ਹੋ ਜਾਊਗਾ ਤੁਹਾਨੂੰ ਵੀ ਤੇ ਆਪਾਂ ਚੰਗੇ ਢੰਗ ਨਾਲ ਦਿਖਾ ਦਈਏ। ਆਹ ਦੇਖੋ ਜੀ ਪਹਿਲਾਂ ਇੱਕ ਤੁਹਾਨੂੰ ਸੂਟ ਦਿਖਾ ਰਹੇ ਹਾਂ ਸਿਰਫ 250 ਰੇਂਜ ਜੀ ਆਹ ਦਿਖਾਓ ਜੀ 5 ਮੀਟਰ ਸੂਟ ਆ ਜੀ ਆਲ ਓਵਰ ਇਹ ਆਲ ਓਵਰ ਸੂਟ ਹੈ ਜੀ ਕਢਾਈ ਧਾਗੇ ਦੀ ਆ ਦੇਖੋ ਕਿੰਨਾ ਸਫਾਈ ਵਾਲਾ ਕੰਮ ਹੈ ਕੋਈ 250 ਵਾਲੇ ਸੂਟ 'ਤੇ ਵੀ ਕੰਮ ਹਲਕਾ ਨਹੀਂ ਹੋਊਗਾ ਪੂਰਾ ਸਫਾਈ ਦਾ ਕੰਮ ਆ ਨਾਲ ਚੁੰਨੀ ਕੰਟਰਾਸਟ ਰੰਗ ਡਿਜ਼ਾਈਨ ਜਿੰਨੇ ਤੁਸੀਂ ਕਹੋ ਲੈ ਸਕਦੇ ਹੋ ਪੀਸ ਤੁਸੀਂ ਜਿੰਨੇ ਕਹੋ ਲੈ ਸਕਦੇ ਹੋ। ਇੱਕ ਲੋਕੀ ਕੀ ਕਹਿੰਦੇ ਆ ਵੀ ਜਦੋਂ ਦੁਕਾਨਾਂ 'ਤੇ ਜਾਂਦੇ ਆ ਪੀਸ ਨਹੀਂ ਮਿਲਦੇ ਪਰ ਇਹ ਲੋਕਾਂ ਦੀ ਦੁਕਾਨਾਂ 'ਤੇ ਤਾਂ ਹੋ ਸਕਦਾ ਮੇਰੇ ਕੋਲ ਕੀ 250 ਵਾਲਾ ਕੀ 3000 ਵਾਲਾ ਫਿਰ ਜੀ ਇੱਕ ਮਿੰਟ ਇੱਧਰ ਨਿਗਾਹ ਘੁਮਾਇਓ ਇੱਕ ਇੱਕ ਨਾਲ ਦੇ ਇੱਧਰ ਨਿਗਾਹ ਘੁਮਾਓ ਜੀ ਇੱਕ ਮਿੰਟ ਇੱਕ ਇੱਕ ਨਾਲ ਦੇ 100-100 ਸੂਟ ਹਰ ਟਾਈਮ ਉਪਲਬਧ ਹੋਣਗੇ ਤੁਸੀਂ 100 ਕਹੋ 50 ਕਹੋ 200 ਕਹੋ ਜਿੰਨੇ ਮਰਜ਼ੀ ਲਓ ਇੱਕ ਆਈਟਮ ਜਗਲੀ ਆਈਟਮ ਦੇਖੋ ਜੀ ਰੰਗ ਜਿੰਨੇ ਤੁਸੀਂ ਕਹੋਗੇ ਉਨੇ ਮਿਲਣਗੇ 4-4 ਰੰਗ ਮਿਲਣਗੇ ਸੂਟ ਚਾਹੇ ਦੀ 100-100 2-200 ਜਿੰਨਾ ਮਰਜ਼ੀ ਲੈ ਲਓ ਇੱਕ ਆਈਟਮ ਅਗਲਾ ਸੂਟ ਦਿਖਾਓ ਜੀ ਆਹ ਲਓ ਵੀਰ ਜੀ ਇਹ ਸੂਟ ਵੀਰ ਬਾਜ਼ਾਰ 'ਚ ਵਿਕ ਰਿਹਾ 750-750 ਜਿਹਦੇ ਕੋਲ ਜਿੰਨਾ ਮੂੰਹ ਖੁੱਲਦਾ ਲੈ ਵੇਚ ਦਿੰਦਾ ਹੈ ਪਰ ਆਪਣੇ ਕੋਲ ਵੀਰੇ ਉਹ ਕੰਮ ਨਹੀਂ ਸਿਰਫ ਔਰ ਸਿਰਫ 400 ਦਾ ਅੱਧੇ ਰੇਟ ਬਾਜ਼ਾਰ ਨਾਲੋਂ ਅੱਧੇ ਰੇਟ 400 ਤੁਹਾਨੂੰ ਸੂਟ ਦੇਵਾਂਗੇ ਪੂਰਾ ਆਲ ਓਵਰ ਸਿਲਕ ਵਧੀਆ ਵਾਲੀ ਪਿਓਰ ਕਰੇਪ ਸਿਲਕ ਜੀ ਨਾਲ ਚੁੰਨੀ ਵਧੀਆ ਸਿਰਫ 400 ਰੇਂਜ 'ਚ। ਭਾਜੀ ਡਿਫਰੈਂਸ ਕਿੱਦਾਂ ਜਿਵੇਂ ਤੁਸੀਂ ਦੱਸ ਰਹੇ ਹੋ 800 ਦਾ ਵਿਕ ਰਿਹਾ ਤੁਸੀਂ 400 ਦੇ ਰਹੇ ਹੋ ਇਹ ਤਾਂ ਭਾਵੇਂ ਬੰਦੇ ਨੇ 2 ਸੂਟ ਲੈਣੇ ਹੋ ਉਹ ਤਾਂ 1 ਸੂਟ ਦੇ ਰੇਟ 'ਤੇ 2 ਸੂਟ ਲੈ ਕੇ ਜਾ ਸਕਦੇ ਹੋ। ਇਹਦਾ ਰੀਜ਼ਨ ਇਹੀ ਆ ਲੋਕ ਲੈਂਦੇ ਨੇ ਹੋਲਸੇਲਰ ਤੋਂ ਹੋਲਸੇਲਰ ਤੋਂ ਪ੍ਰਵਟਾ ਡਿਸਟ੍ਰੀਬਿਊਟਰ ਪਹਿਲਾਂ ਮਿਲ ਨਾ ਕੱਪੜਾ ਬਣਾਉਣਾ ਹੈ ਫਿਰ ਡਿਸਟ੍ਰੀਬਿਊਟਰ ਨੇ ਕਮਾਈ ਖਾਣੀ ਫਿਰ ਹੋਲਸੇਲਰ ਨੇ ਖਾਣੀ। ਅਸੀਂ ਹੋਲਸੇਲਰ ਕਰਤਾ ਡਿਸਟ੍ਰੀਬਿਊਟਰ ਕਰਤਾ ਡਾਇਰੈਕਟ ਮਿਲ ਨਾਲ ਕੰਮ ਕਰ ਰਹੇ ਹਾਂ ਵੀਰੇ ਅਤੇ ਦੂਸਰੀ ਗੱਲ ਲੋਕਾਂ ਨੂੰ ਕੀ ਹੁੰਦਾ ਸਸਤਾ ਆ ਗਿਆ ਮਹਿੰਗਾ ਵੇਚ ਲਓ ਕਮਾਈ ਵੱਧ ਕਰੋ ਅਸੀਂ ਇਹ ਸੋਚ ਨਹੀਂ ਕਰਨੀ ਸਾਨੂੰ ਇਹ ਸਸਤਾ ਆਇਆ ਸਸਤੇ ਹੀ ਵੇਚੋ। ਇਹ ਸੂਟ ਵੀਰ ਜੀ ਮੇਰੀ ਖੁਦ ਦੀ ਖਰੀਦ 385 ਰੁਪਏ ਹੈ 15 ਰੁਪਏ ਸੂਟ ਮਾਰ ਕਮਾ ਰਿਹਾ ਵੀਰ ਜੀ ਪਰ 15 ਰੁਪਏ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਨੇ ਕਿਉਂਕਿ 15 ਰੁਪਏ ਸੂਟ ਮਾਰ ਕਮਾ ਕੇ ਮੈਂ ਸ਼ਾਮ ਦੇ 100 ਸੂਟ ਵੇਚੇ ਵੀਰ ਜੀ ਬਹੁਤ ਪ੍ਰੋਫਿਟ ਹੈ। ਲੋਕੀ ਕੀ ਕਰਦੇ ਆ ਵੀ ਸੂਟ ਜੇ ਆਪਾਂ 385 ਆਇਆ ਵੀ ਇਹ ਕਿਹੜਾ ਕਿਸੇ ਨੂੰ ਪਤਾ ਸੂਟ 600 ਵੇਲੋ 800 ਵੇਲੋ ਉਹ ਕੰਮ ਨਹੀਂ ਵੀਰੇ 10 ਰੁਪਏ 15 ਸੂਟ ਮਗਰ ਮਾਰ ਜਾਂਦਾ ਸਾਨੂੰ ਇੰਨੀ ਕਮਾਈ ਨਾਲ ਸੰਤੁਸ਼ਟ ਆਪਾਂ। ਆਹ ਦੇਖ ਅਗਲੇ ਆਈਟਮ ਦੋ ਜੀ ਬਹੁਤ ਘੱਟ ਰਹੇ ਦੁਕਾਨਦਾਰ ਆ ਜਿਹੜੇ ਕਹਿੰਦੇ ਆ ਵੀ ਅਸੀਂ 15 ਰੁਪਏ ਸੂਟ ਪਿੱਛੇ ਕਮਾ ਕੇ ਸੰਤੁਸ਼ਟ ਹਾਂ ਪੂਰੇ ਪੰਜਾਬ ਵਿੱਚ ਜਿਵੇਂ ਦੱਸ ਰਹੇ ਆ ਕਿ 800-800 ਨੂੰ ਇਹ ਸੂਟ ਵੇਚ ਰਹੇ ਆ ਤੇ ਇਹ ਜਿਹੜਾ ਕਿ ਸਿਰਫ 400 ਦਾ ਵੇਚ ਰਹੇ ਆ 385 ਦਾ ਆਉਂਦਾ 400 ਦਾ ਦੇ ਰਹੇ ਆ ਸਿਰਫ 15 ਰੁਪਏ ਦਾ ਮਾਰਜਨ ਨਾਲ ਬਰੋ ਰੱਖਿਆ ਜਾ ਰਿਹਾ ਵੀ ਇੱਕ ਬਹੁਤ ਵੱਡੀ ਪਾਰਦਰਸ਼ੀ ਹੈਗੀ ਆ। ਦੇਖੋ ਵੀਰ ਜੀ ਕਾ ਆਈਟਮ ਆ ਜਾਮ ਕਾਟਨ ਤੇ ਆਲ ਓਵਰ ਸੂਟ ਜੀ ਪਿਓਰ ਜਾਮ ਤੇ ਸੂਟ ਆਲ ਓਵਰ ਹੈਂਡਵੇ ਦਾ ਕੰਮ ਕੀਤਾ ਆ ਚੁੰਨੀ ਪੂਰੀ ਪਿਓਰ ਦੀ ਇਹ ਵਾਲਾ ਵੀਰ ਜੀ ਸੂਟ ਦਵਾਂਗੇ ਸਿਰਫ ਔਰ ਸਿਰਫ 525 ਰੁਪਏ ਦਾ। ਇਹ ਸੂਟ ਬਾਜ਼ਾਰ 'ਚ 1,80, 1,90, 1,100 ਇੱਦਾਂ ਵਿਕ ਰਿਹਾ ਆਪਣੇ ਕੋਲ 500 ਤੁਹਾਨੂੰ 25 ਰੁਪਏ ਸੂਟ ਦੇਵਾਂਗੇ। ਦਸੰਬਰ ਦੇ ਮਹੀਨੇ ਤੁਹਾਨੂੰ ਪਹਿਲੀ ਗੱਲ ਕਹਿ ਕੇ ਚੁੱਕੇ ਹਾਂ ਵੀ ਨੋ ਪ੍ਰੋਫਿਟ ਨੋ ਲੋਸ ਕਮਾਈ ਵੱਲ ਨਹੀਂ ਬਚਣਾ ਵੀਰ ਜੀ ਸ਼ਹੀਦੀ ਦਿਹਾੜੇ ਨੇ ਕਿਸਾਨ ਵੀ ਸਾਡੇ ਬੈਠੇ ਨੇ ਦਿੱਲੀ ਧਰਨਿਆਂ 'ਤੇ ਸਭ ਦੀਆਂ ਕਮਾਈਆਂ ਰੁਕੀਆਂ ਹੋਈਆਂ ਅਸੀਂ ਕਮਾਈ ਵੱਲ ਨੂੰ ਜਾਣਾ ਹੀ ਨਹੀਂ ਵੀਰ ਜੀ ਅਸੀਂ ਸਭ ਦਾ ਸਾਥ ਇੱਦੀ ਦੇ ਸਕਦੇ ਹਾਂ ਜਾ ਨਹੀਂ ਸਕਦੇ ਸਾਡਾ ਅੱਧਾ ਸਟਾਫ ਦਿੱਲੀ ਪਹੁੰਚਿਆ ਹੋਇਆ ਕਿਸਾਨ ਵੀਰਾਂ ਨਾਲ ਪਹੁੰਚਿਆ ਸਾਡਾ ਸਟਾਫ ਪਰ ਅਸੀਂ ਇਹ ਕਹਿ ਰਹੇ ਜੋ ਨਹੀਂ ਗਏ ਉਹ ਅਸੀਂ ਇੱਥੋਂ ਸੇਵਾ ਕਰਨੀ ਹੈ ਸਭ ਨੂੰ ਘੱਟ ਤੱਕ ਪੜਾਉਣਾ ਵੀਰ ਜੀ ਆਪਣੇ ਵੱਲੋਂ ਜੋ ਕਰ ਰਹੇ ਹਾਂ ਜੋ ਜਿੰਨੀ ਕੋਸ਼ਿਸ਼ ਹੁੰਦੀ ਹੈ ਵੱਧ ਕਰ ਰਹੇ ਹਾਂ ਵੀਰ ਜੀ ਦੇਖੋ 525 ਸੂਟ ਜੀ ਠੀਕ ਆ ਜੀ। ਆਹ ਦੇਖੋ ਵੀਰ ਸਾਡੀ ਅਗਲੀ ਆਈਟਮ ਹੈ ਜੀ ਸਿਰਫ ਔਰ ਸਿਰਫ 480 ਰੁਪਏ ਸੂਟ ਜੀ ਆਲ ਓਵਰ ਸਿਲਕ ਵਧੀਆ ਵਾਲੀ ਜੀ ਪਿਓਰ ਕਰੇਪ ਆਲ ਓਵਰ ਜੀ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਜੀ ਦੇਖੋ ਸੂਟ ਨੂੰ ਜੀ ਦੇਖੋ ਨਾਲ ਦੁਪੱਟਾ ਜੀ 480 ਰੇਂਜ ਤੁਹਾਨੂੰ ਦੇਵਾਂਗੇ ਸਿਲਕ ਦੇ ਵੀ ਜੇ ਤੁਸੀਂ ਕਾਟਨ ਦੇ ਲੈਣਾ ਵਾ ਤੁਹਾਨੂੰ ਕਾਟਨ ਦੇ ਵੀ ਦੇ ਦਾਂਗੇ ਕਾਟਨ ਦੇ ਦਾਂਗੇ ਸਿਰਫ ਜੀ 450 ਰੇਂਜ ਜੀ ਕਾਟਨ ਦੇ ਮੈਨੂੰ 450 ਚ ਸਿਲਕ ਦੇ ਮੈਨੂੰ 480 ਚ ਚੁੰਨੀ ਪ੍ਰਿੰਟ ਸੂਟ ਪਲੇਨ ਲੈਸ ਵਾਲਾ ਡਿਜ਼ਾਈਨ ਜੀ ਇੱਕ ਦੇਖੋ ਜੀ ਵੈਲਵਟ ਚੁੰਨੀ ਨਾਲ ਆਈਟਮ ਆ ਜੀ ਇਹ ਬਾਜ਼ਾਰ 'ਚ ਲੋਕ ਕੀ ਕਰਦੇ ਆ ਵੀ ਸੀਜ਼ਨ ਆ ਜੀ ਸਰਦੀ ਦਾ ਵੈਲਵਟ ਸਟੋਲ ਦਾ ਅੱਜ ਕੱਲ੍ਹ ਟ੍ਰੈਂਡ ਬਹੁਤ ਹੈ ਇਹਨਾਂ ਦੀ ਕੱਲ੍ਹ ਡਿਮਾਂਡ ਬਹੁਤ ਹੈ ਇਹ ਲੋਕ ਵੇਚਦੇ ਨੇ ਬਾਜ਼ਾਰ 'ਚ 1800-1700 ਦੇਖੋ ਜੀ ਮੈਂ ਚੁੰਨੀ ਦੇਖੋ ਵੀਰ ਜੀ ਆਹ ਦੇਖੋ ਜੀ ਆਪਣੇ ਕੋਲ ਜੀ ਰੇਟ 850 ਰੁਪਈਏ 850 ਤੇ ਵੈਲਵਟ ਦੇ ਸ਼ੋਲ ਨਾਲ ਸੂਟ ਕੋਈ ਨਹੀਂ ਵੀਰੇ ਕਿਤੋਂ ਦਊਗਾ ਕਿਤੋਂ ਵੀ ਨਹੀਂ ਮਿਲੂਗਾ ਇਹ 'ਚ ਰੰਗ ਜਿੰਨੇ ਕਹੋਗੇ ਉਨੇ ਮਿਲਣਗੇ ਵੀਰੇ ਪੀਸ ਜਿੰਨੇ ਕਹੋ ਉਨੇ ਮਿਲਣਗੇ ਥੋੜ੍ਹਾ ਟਾਈਮ ਘੱਟ ਲਵਾਂਗੇ ਡਿਜ਼ਾਈਨ ਵੱਧ ਖਾਵਾਂਗੇ ਇਸ ਵਾਰੀ ਲਿਆਓ ਜਗੜਾ ਜਾਂਦੋ ਆਹ ਦੇਖੋ ਵੀਰ ਜੀ ਇਹ ਵੀਰ ਜੀ ਖੁਦ ਅਸੀਂ 895 ਸੂਟ ਵੇਚੇ ਨੇ ਜੀ ਠੀਕ ਹੈ ਜੀ ਹੁਣ ਡਾਇਰੈਕਟ ਮਿਲਣਾ ਜੁੜਨ ਕਰਕੇ 50 ਰੁਪਏ ਦੇ ਹੋਰ ਘੱਟ ਚੁੱਕੇ ਵੀਰ ਜੀ ਜਿਹੜਾ ਡਿਸਟ੍ਰੀਬਿਊਟਰ ਦੀ ਕਮਾਈ ਸੀ ਨਾ ਜੀ ਉਹ ਵੀ ਘੱਟ ਦਿੱਤੀ ਆ ਇਹ ਤੁਹਾਨੂੰ ਹੁਣ ਪੀਸ ਪਊਗਾ 845 ਦਾ ਜੀ ਆਹ ਦੇਖੋ ਉਹੀ ਸੂਟ ਤੋਂ ਪਹਿਲਾਂ ਵੇਚਿਆ ਸਿਲਕ ਦੇ ਪਹਿਲਾਂ ਅਸੀਂ 895 ਵੇਚ ਰਹੇ ਸੀ ਵੀਰ ਜੀ ਇਹਦੇ 50 ਰੁਪਏ ਹੋਰ ਘੱਟ ਚੁੱਕੇ ਆ
बड़े वीर ने वीडियो पाईया उन्होंने काम भी चल पे पर काम चल पे ना उन्होंने रेट वधाते काम नहीं फिर करना जे सानू रेट घट के घटा के देवे असि महीने तो दो महीने अंदर यह कोशिश करनी है भी पूरे दुनिया नालों सस्ता कपड़ा सुरजीत सिंह संस्थी मिलेगा बस तुम साथ इदी बनाई रखे तो इन्ना वधिया प्यार मिले असं मिलना जुड़ रहे हैं मिलने वाले सानू खुद ऑफर कर रहे हैं भी साढ़े को कपड़ा लो असं मेरे को जा नहीं रहे साढ़े को मिलना आ रही ने भी तुम्हारा रिस्पोंस चंगा मिल रहा तुम मान लो भीर जी 895 रुपये पहले बेचते थे हूँ मैंने 50 रुपये खुद घट के आया मैं 845 बेचना मेरे को काम नहीं है भी हूँ माल वध लिया लिया रेट वधा के ला दी इन्ना तुम जिमें जिमें आई जाओगे मेरी कोशिश यह होगी तुम मेरे को आते रहोगे अपन 795 भी लियावे जिम्मे मेरा माल कटूगा मैं कटा के दूंगा बधा के नहीं देना मैं कदम भी आ देखो भीर जी 5 मीटर आल ओवर प्योर क्रेप सिल्क जी हलो भीर जी ये थोड़ा भीर दे देंगे सिर्फ और सिर्फ 800 रुपये रेंज जी ये डिजाइन तुम कहो तो 100 डिजाइन मिल जू भीर जी 1000 पीस कहो 1000 दे देंगे भीर जी डिजाइन थोड़ा मेकने का करा रहे हैं मैं कहना भीर जी रंग जिन्हें मर्जी थोड़ा रंग नहीं डिजाइन भी 100 दे दूंगा रंग तो चलो हरेक मिलने ही मिलने डिजाइन भी थोड़ा मैं 800 दे दूंगा देखो रंग तो हरेक ही होंगे ने भीरे जो माल नाम आता ना तो रंग तो हरेक होंगे ही होंगे ने तो मेरे को कहीं यही होगा भी गाहक आया जी आउट ऑफ स्टॉक है जी आउट ऑफ स्टॉक है जी आउट ऑफ स्टॉक वाली कोई कहानी नहीं हैगी कुछ दुकानदार बहाना मारते हैं सस्ता कह के बाद चो देने की नीत नहीं होंगी अपने को कम नहीं भीरे जो के उत्ते देवे जो मर्जी ले लियो ये थोड़ा देवे सिर्फ 800 रुपये का जिन्हें मर्जी भी 100 20 1000 भी जिन्हें को दिन दे देंगे ठीक है भीर जी एक साड़ी आइटम देखो जी फुलकारी नाल जी ये आर्टिकल बड़ा पास है हलो फुलकारी चुनी ना रंग भी दे दो पर रख दो ये बाजार लोग फुलकारी चुनी ना करेब से कोई 92-95 23-95 लोग बेची जाते हैं देखो खोलो आ देखो चुनी फुलकारी वाली ये थोड़ा भी सूट पता सर 1100 रुपये का 92-95 23-95 मैं भी बेच सदा पर भी वो काम नहीं करना थोड़ा पहला भी किया इस महीने तो जमा ही कमाई लैनी नहीं अगों भी इतनी चलते रहेंगे घट तो घट देवे कपड़ा हलो जी 1100 रेंज ले आँगी हल आ देखो जी साड़ी अगली आइटम की है लहंगा सूट जी साडे को बहुत डिमांड आ पीस पूरे नहीं होंगे जिन्हें हर रोज़ मैं 20 पीस 50 पीस 100 पीस मतलब डेली आता भीर जी ये मशीन तो पक्के डिजाइन लगवाया हुआ पक्के डेली तैयार हों डेली माल आंदा सिर्फ और सिर्फ भीर जी 895 लहंगा सूट लहंगा सूट इन्ना हैवी लहंगा 895 कोई दूगा नहीं भीरे 1000 to 1100 रेंट ला लेंगे लोग कोई असी रेंट तो नहीं चीज़ देनी तो डाप का लहंगा सूट 895 रेंज का देवे सूट भीर जी लोग कहते हैं रेंट 1100-1500 रेंट पर 895 ਤੁਹਾਡਾ ਆਪ ਦਾ ਸੂਟ ਲਹਿੰਗੇ ਵਾਲਾ ਸੂਟ 895 ਰੁਪਏ ਜੀ ਕੋਈ ਦੇ ਕੇ ਦਿਖਾ ਦੇਵੇ ਮਾਰਕੀਟ 'ਚ ਕਿੰਨੇ ਦਾ ਵਿਕਦਾ ਹੈ ਵੀਰ ਜੀ ਬਾਜ਼ਾਰ 'ਚ ਲੋਕ ਉਹੀ ਕਰਦੇ ਨੇ ਵੀ ਜਿਹੋ ਜਿਹਾ ਮੱਥਾ ਹੋ ਜੇ ਬਿੰਦੀ ਕੋਈ 1500 ਕੋਈ 1800 ਜੇ ਕੋਈ ਐਨ ਆਰ ਆਈ ਗਾਹਕ ਹੋਵੇ ਲੋਕ 2500 ਲਾ ਦਿੰਦੇ ਨੇ ਸਾਡੇ ਕੋਲ ਐਨ ਆਰ ਆਈ ਗਾਹਕ ਨੂੰ ਵੀ ਰੇਟ ਹੋਈ ਆ ਲੋਕਲ ਗਾਹਕ ਨੂੰ ਵੀ ਰੇਟ ਹੋਈ ਆ ਕੋਈ ਲੈ ਲੈ ਵੀਰੇ ਸਾਡੇ ਕੋਲ 10 ਸਾਲ ਦਾ ਬੱਚਾ ਭੇਜੋ 50 ਸਾਲ ਦਾ ਲੇਡੀਜ਼ ਭੇਜੋ 80 ਸਾਲ ਦਾ ਬਜ਼ੁਰਗ ਭੇਜੋ ਕੋਈ ਭੇਜੋ ਰੇਟ 895 ਆ ਵੀਰੇ ਸਾਡੇ ਕੋਲ ਇਹ ਕੰਮ ਨਹੀਂ ਹੈਗਾ ਵੀ ਕੋਈ ਗਾਹਕ ਆਇਆ ਚਲੋ ਬੱਚਾ ਆ ਗਿਆ ਉਹਨੂੰ ਰੇਟ ਵੱਧ ਲਾ ਦਿਓ ਕਈਆਂ ਨੂੰ ਨੌਲੇਜ ਘੱਟ ਹੁੰਦੀ ਕੱਪੜੇ ਦੀ ਰੇਟ ਉਹਨਾਂ ਲਈ ਵੀ 895 ਆ ਐਨ ਆਰ ਆਈ ਵਾਲੇ ਵੀ 895 ਆ ਕੋਈ ਲਵੇ ਵੀਰ ਜੀ ਰੇਟ ਸਾਡੀ ਦੁਕਾਨ ਦੇ ਇੱਕੋ ਹੀ ਆ ਆਹ ਦੇਖੋ ਵੀਰ ਜੀ ਪਿਓਰ ਕਰੇਪ ਸਿਲਕ ਦੇ ਸੂਟ ਆਲ ਓਵਰ ਦੇਖੋ ਜੀ ਆਲ ਓਵਰ ਕੱਪੜਾ ਜੀ ਪੂਰਾ 5 ਮੀਟਰ ਡਿਜ਼ਾਈਨ ਤੁਸੀਂ ਦੇਖੋ ਇਹਦਾ ਦੁਪੱਟਾ ਦੇਖਣਾ ਇੱਕ ਮਿੰਟ ਜੀ ਲਓ ਜੀ ਆਹ ਦੁਪੱਟਾ ਦੇਖੋ ਸੂਟ ਦਾ ਜੀ ਰੰਗ ਵੀਰ ਜਿੰਨੇ ਕਹੋਗੇ ਉਹਨੇ ਦੇ ਦਾਂਗੇ ਇਹ ਸੂਟ ਵੀਰ ਜੀ ਬਾਜ਼ਾਰ 'ਚ ਵਿਕਦਾ 2280 ਰੁਪਈਏ ਇਹ ਤੁਹਾਨੂੰ ਆਪਾਂ ਦੇਵਾਂਗੇ ਵੀਰ ਜੀ ਸਿਰਫ 1300 ਰੁਪਏ ਦਾ ਸੂਟ 'ਚ ਵੀਰੇ 1000-1000 ਰੁਪਏ ਬਾਜ਼ਾਰ ਨਾਲੋਂ ਘੱਟ ਆ ਉਹਦਾ ਰੀਜ਼ਨ ਇੱਕ ਇਹ ਆ ਇੱਕ ਸਾਨੂੰ ਲਾਲਚ ਨਹੀਂ ਹੈਗਾ ਵੀਰੇ ਠੀਕ ਆ ਜੀ ਉਹ ਕੰਮ ਨਹੀਂ ਕਰਨਾ ਕਿ ਗਾਹਕ ਆਇਆ ਨੂੰ ਲੁੱਟ ਲਈਏ ਠੀਕ ਆ ਜੀ ਇੱਕ ਸਾਨੂੰ ਲਾਲਚ ਨਹੀਂ ਹੈਗਾ ਵੀਰੇ ਪਹਿਲੀ ਗੱਲ ਇਹ ਦੂਸਰੀ ਗੱਲ ਵੀਰ ਜੀ ਸਾਨੂੰ ਇਹ ਆ ਵੀ ਅਸੀਂ ਆਪਣੇ ਲੋਕਾਂ ਨੂੰ ਜੋੜਨਾ ਆਪਣੇ ਨਾਲ ਗਾਹਕਾਂ ਨੂੰ ਅਸੀਂ ਨਾਮ ਬਣਾਉਣਾ ਵੀਰੇ ਪੈਸੇ ਕਮਾਉਣ ਦੇ ਪਿੱਛੇ ਨਹੀਂ ਭੱਜ ਰਹੇ 1300 ਤੁਹਾਨੂੰ ਆ ਸੂਟ ਦੇਵਾਂਗੇ ਬਾਜ਼ਾਰ ਸੂਟ ਵਿਕਦਾ 2280 ਕੋਈ 1300 ਨੂੰ ਦਵੇ ਵੀਰ ਜੀ ਬਜਵੇਂ ਮਰ ਬੈਠੇ ਆ ਭਾਈ ਡਿਫਰੈਂਸ ਬਹੁਤ ਆ 2200 2416 1300 100 ਦੇ ਰਹੇ ਹੋ ਅੱਧ ਅੱਧ ਰੇਟਾਂ ਦੇ ਵਿੱਚ ਲੋਕਾਂ ਨੇ ਵੀ ਜੀ ਗੰਦੀ ਹੱਥ ਪਈ ਜਾ ਕੇ ਦੁਗਣੇ ਕਰਨ ਦੀ ਇਹ ਲੋਕਾਂ ਨੇ ਬਜਾਜੀ ਦਾ ਕੰਮ ਇਹ ਕੀਤਾ ਵੀ ਇਹ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਵੀ ਜਿਵੇਂ ਮਰਜ਼ੀ ਲਾ ਲਓ ਪਰ ਮੈਂ ਤੁਹਾਨੂੰ ਦੱਸਾਂ ਵੀਰ ਜੀ ਅਸੀਂ ਨਹੀਂ ਸਿਆਣੇ ਗਾਹਕ ਸਾਡੇ ਨਾਲ ਵੱਧ ਸਿਆਣਾ ਜਿਹੜਾ ਬੰਦਾ ਕੋਈ 100 ਕਿਲੋਮੀਟਰ 200 ਕਿਲੋਮੀਟਰ ਚੱਲ ਕੇ ਆਉਂਦਾ ਨਾ ਜਿਹਨੂੰ ਕੋਈ ਵੀ ਦੁਕਾਨ ਦਾ ਠੱਗੂਗਾ ਦੁਬਾਰਾ ਨਹੀਂ ਖਲਾਣ ਲੱਗਿਆ ਵੀਰੇ ਨਾਲੇ ਆਪਣੇ ਏਰੀਆ ਕਹੂਗਾ ਵੀ ਉੱਥੇ ਨਾ ਜਾਈ ਠੀਕ ਨਹੀਂ ਵੀਰ ਜੀ ਆਪਾਂ ਉਹ ਕੰਮ ਨਹੀਂ ਕਰਾਉਣਾ ਅਸੀਂ ਤਾਂ ਜਿੰਨੇ ਮੇਰੇ ਕੋਲ ਕਸਟਮਰ ਆਏ ਨੇ ਤੁਸੀਂ ਵੀਡੀਓ ਪਾਉਣੀ ਆ ਨੀਚੇ ਲਿੰਕ ਦੇਖ ਲਿਓ ਨੀਚੇ ਕਮੈਂਟ ਦੇਖ ਲਿਓ ਲੋਕਾਂ ਦੇ ਕੋਈ ਨੇੜੇ ਤੇੜੇ ਦਾ ਦੁਕਾਨਦਾਰ ਰੜਕ ਮਾਰਾ ਜਾਂ ਮਜ਼ਾਕ ਕਰਨ ਮਾਰਾ ਕੁਝ ਲਿਖ ਦੇਵੇ ਗੱਲ ਆਪਾਂ ਕਹਿ ਨਹੀਂ ਸਕਦੇ ਜਿਹੜਾ ਕਸਟਮਰ ਦੁਕਾਨ ਤੇ ਆ ਕੇ ਸ਼ਾਪਿੰਗ ਕਰਕੇ ਗਿਆ ਇੱਕ ਵੀ ਕਸਟਮਰ ਜੇ ਰਿਵਿਊ ਗਲਤ ਹੋਇਆ ਤੇ ਜੋ ਕੁਝ ਦੇਣ ਦਾ ਵੀਰ ਜੀ ਸਾਰੇ ਲੋਕ ਸਾਨੂੰ ਇਹੀ ਕਹਿਣਗੇ ਵੀ ਫੈਮਿਲੀ ਵਾਂਗੂ ਫੀਲਿੰਗ ਆਈ ਆ ਅਸੀਂ ਕਿਸੇ ਗਾਹਕ ਨੂੰ ਵੀ ਉਪਰਾ ਮੰਨਦੇ ਨਹੀਂ ਆਪਣਾ ਪਰਿਵਾਰ ਮੰਨ ਕੇ ਆਪਣੇ ਦਿਖਾਈ ਦਿਆ ਆਹ ਦੇਖੋ ਵੀਰ ਜੀ ਇਹ ਸੂਟ ਵੀਰ ਜੀ 1350 ਰੁਪਏ ਆਪਣਾ ਸੀਗਾ ਜੀ ਜਦੋਂ ਆਪਾਂ ਲੈ ਰਹੇ ਸੀ ਡਿਸਟ੍ਰੀਬਿਊਟਰਾਂ ਤੋਂ ਹੋਲਸੇਲ ਤੋਂ ਲਿਆ ਨਹੀਂ ਵੀਰ ਜੀ
13,000 रेट से। यह वीर जी रेट का होर यदा भी घट के आया वा, यदा रेट वीर जी हूँ आया वा सिर्फ और सिर्फ 1200 रुपये। देखो ये वीर जी कट्ठा स्टॉक चुकया हूँ, यदा 550 सूट लिया जी, का डायरैक्ट मेरे नाल गल करके सिर्फ 1200 रेट देवे जी। ये वीर जी सूट आपको इस टाइम 1180 कॉस्ट कर रहे हैं, 20 रुपये लैके देना कोई गल नहीं। चीज़ देखो आप सूट वध बेचने, कमाई वध नहीं करनी। नैक के वर्ग देख लो सफाई वाला काम, कॉपियां आदि ने भी 800-900 हज़ार, असी घटिया नहीं बेचना, क्वालिटी पहला देवे, रेट घट, क्वालिटी वधिया रेट घट। लो जी वीर जी कुड़ियां मंगदी सूट प्लेन होवे नाल दुपट्टा हैवी, हाँ देखो ऑर्गेंजा दुपट्टिया नाल सूट ने जी, देखो जी पूरे हैवी। खोलो जी सूट पूरा दिखाओ, सूट सिंपल आ लो प्लेन जी, हाँ देखो एक जिन्ने रंग कहोगे वीर उन्ने रंग दे देंगे। ये तुहानू मेरा सूट देवे सिर्फ और सिर्फ 1250 वीर जी, बाजार से भी 1580-1680-1880 मिल रहा, यह अपने को वीर जी 1250 मिलेगा जी। सूट पूरा 5 मिनट वधिया प्योर करेबंदी योग पर लगे जी, ना चुन्नी ऑर्गेंजा पूरी हैवी, लोग चुनिया 12-12 बेचते जी, 1250 सूट देना वीर जी। वीर जी हलो एक तुम आइटम देवे, ये भी तुम देवे सूट 1300 रुपये का वीरे, हाँ देखो सलवार कढ़ाई वीर 3 मीटर पूरी, ठीक है जी, नाल दुपट्टा हैवी, कमीज प्लेन, सलवार कढ़ाई 3 मीटर कपड़ा, शरारा बनाओ, सलवार बनाओ, प्लाजो बनाओ, थोड़ी अपनी चॉइस है। हाँ देखो नाल चुन्नी जी, चनौन की चुन्नी है नाल जी, उदा ही वर्क किया है, सिर्फ सिर्फ 1300 वीर जी, कोई इस बात दे नहीं सकता। एक असी गल लिख के देने तैयार हाँ, लोग एक सूट 2280-2380 बेच रहे हैं, पर आप 9 प्रॉफिट 9 लॉस खेलना दिसंबर के वीर जी, इदा ही अगों भी चलते रहेंगे जे तुम सानू साथ देंदे रहे ना वीर जी, असं अपनी कमाई तुहाडे तों लवेंगे, मिलों तो लैस करवावे, जो 5-4% कमाना ना वीर जी वह तुहाडे तों कमाई लैनी, मिल वाले कहोंगे सानू वो लैस कर दे, तो होर स्टॉक चकेंगे, जिन्ना सा वध विकू वीर जी उन्ना सू माल वध चकेंगे, उन्ना ही रेट घट के आऊगा। असी हौली हौली 2-3 महीने के अंदर अंदर और रेट का कपड़ा दिया करना, जेडे रेट तो गाहक सोचेगा भी नहीं, गाहक तक ही दुकानदार ही सोचेगा। हूँ भी मैं कई चीज़ा और रेट दे रहा, दुकानदारों की खरीद भी नहीं है, खरीद क्यों नहीं है, क्योंकि वो लेंगे ने डिस्ट्रीब्यूट, पहला मिल विकती है, फिर डिस्ट्रीब्यूटर, फिर उस तो बाद होलसेलर, वो दोवों की कमाई खा के तीजा दुकानदार आता। असी दुकानदार तो भी सस्ती चीज़ें बेच रहे हैं, जोड़े जोड़े साढ़े वीर ने जी रीसेलिंग का काम शुरू करना है, बेचिया करने हैं, बहुत सारे लोग जुड़े ने, सिर्फ सूट खरीदने आए थे अपने घर वास्ते, उन्होंने जो रेट चंगे लगे उन्होंने खुद बेचना शुरू करता। जिमें बुटीक की गल कर लीए, जिम्मे कहने रीसेलर जुड़े हैं, तो बुटीक वाली भी जुड़िया थोड़े हो, बहुत वीर जी बहुत लोग जुड़ रहे हैं। लोग तो यह कह रहे थे पहले जलंधर जाते पखवाड़े जाते मोगे जाते बठिंडे जाते, पर कहते सू जो लाने की लड़ है नहीं, तुम इन्नी इन्नी दूर जा रहे हैं, तेल बुक की लड़ नहीं हैगी, साढ़े अपने शहर से अंत दे रहे हैं, मच्छे तुम आना वीर जी, जो मर्जी आओ थोड़ा अपना फैमिली वर्गा फील होगा, तो रेट थोड़ा उम्र जो कुछ देगा नहीं वीर जी, कुछ सोचेगा नहीं रेट से। एक आ देखो उपाड़ा सिल्क जी, उपाड़ा सिल्क का सूट कोई भी दुकानदार स्टार्टिंग करता वीर जी, कोई भी दुकानदार 2000 तो 2200 तो घट स्टार्टिंग नहीं करता वीर जी। अपने को देखो सूट उपाड़ा सिल्क सूट तुम देवे बुटीक स्टाइल के सिंपल सोफे डिजाइन सिर्फ और सिर्फ 1250 की रेंज, डिजाइन जिन्ने मर्जी वीरे जिन्ने मर्जी डिजाइन ले लो, सिर्फ 1250 की रेंज, हाँ देखो जिन्ने मर्जी डिजाइन हो रहा वीर जी, डिजाइन जिन्ने मर्जी सूट जिन्ने मर्जी, एक एक नाल 100-100 पीस तुम पहला कहने नहीं, तुम दिखा भी रहे हैं, पे भी है ने वीरे, है दुकानदार की करते एक नाल 100 सूट मिलूंगे, लैन जाओ ना वीर जी, माल स्टॉक आउट हो गया, स्टॉक आउट बनना कोई नहीं वीरे। देखो एक नाल जिन्ने मर्जी पीस ले लो, हर डिजाइन तुम 100-100 पीस देवे, आ देखो फोटो वाले पीस ने वीर जी, सिर्फ और सिर्फ 1250 की रेंज, ठीक है जी। उपाड़ा सिल्क कपड़ा करेब नहीं वीरे, उपाड़ा सिल्क 1250 कोई नहीं दूगा वीर जी। आ देखो वीर जी जिहड़ा आ सूट है जी, 2.5 मीटर फ्रंट पे कहते हैं वर्का, एक कई दुकानदार वेचते हैं 3200-3500 जिन्ना चाहे मूँह चंदा लाई जाते हैं, बहुत फेमस डिजाइन है जी, नैट के डिजाइन काफ़ी फेमस है, कोई 3200 वेचता कोई 2500 वेचता। अपने को वीर जी रेट डिजाइन का रेट है जी 1500-50 रुपये। उपाड़ा सिल्क का कपड़ा वीर जी 3 मीटर सलवार नाल, वो भी उपाड़ सकती चनौन की चुनी वीर जी, 1550 तुम्हें कोई दे नहीं सकता वीर जी। ये सेम डिजाइन बाजार 3200 साढ़े लोकल भी वेचते हैं, होर बड़े शहर बड़ी दुकाना भी ने जी सेल का झूठा दावा कर दें, वो भी 2200-2500 सूँ बेच रही ने, सेल का दावा करना सेल नहीं होंगी वीरे, कपड़ा देख के दिखाओ घट रेट से, कहना तो बहुत सौखा भी मैं 5000 चीज़ 2500 दे रहा, पर चीज़ की कीमत 1550 वीरे, 1550 दो भी तो पक्का लिख के लाया भी सेल हैगी इन्नी छूट हैगी 365 दिन इतने चलता जी। वीर जी बिल्कुल 365 दिन इतने ही चलूगा, असं तो ये कोशिश कर रहे हैं भी जेडे रेट से कपड़ा बेच रहे हैं ना भी ए तो भी घट किमें किया जाए, हूँ असं डायरैक्ट मिल 10-15 मार्जिन लैके काम कर रहे हैं, जे लोग साथ रहे वीर जी आप मिलन सस्ता देवे, जेड रेट मिल वाले पौगा आप रेट भी देवे, बस साथ बनाई रखियो थोड़े साथ मंगते हैं जी। लास्ट टाइम ना एक गल की बी साढ़े को 20,000 शॉपिंग करो
ਤੇ ਤੁਹਾਨੂੰ ਅਸੀਂ ਕੰਬਲ ਦਵਾਂਗੇ, ਟੈਚੀ ਦਵਾਂਗੇ। ਕੋਈ ਲਾਹਾ ਲਿਆ ਕਿਸੇ ਨੂੰ ਦਿੱਤਾ ਹੈਗਾ ਵੀਰ ਜੀ? ਮੈਂ ਕਹਿੰਦਾ ਜਿਹੜੇ ਜਿਹੜੇ ਗਾਹਕ ਸਾਡੇ ਕੋਲ ਸ਼ੋਪਿੰਗ ਕੀਤੀ ਹੈ ਸਭ ਨੇ, ਸਭ ਨੂੰ ਦਿੱਤਾ ਵੀਰ ਜੀ, ਕਿਸੇ ਦਾ ਨਹੀਂ ਰੱਖਿਆ ਆਪਾਂ ਕੰਬਲ ਲੈ ਜੀ, ਸਭ ਨੂੰ ਦਿੱਤਾ ਹੈ। ਹੁਣ ਵੀ ਜਿਹੜਾ ਗ੍ਰਾਹਕ ਆਊਗਾ ਉਹ 20,000 ਸ਼ੋਪਿੰਗ ਕਰੂਗਾ, ਉਹਨੂੰ ਵੀ ਦੇਵਾਂਗੇ, ਕੰਬਲ ਲਵੇ, ਟੈਚੀ ਲਵੇ, ਜੋ ਉਹਨੂੰ ਪਸੰਦ ਆ ਦੇਵਾਂਗੇ। ਆਪਣੇ ਕੋਲ ਰੇਟ ਘੱਟ ਰਹੇ ਨੇ, ਘਟਾ ਕੇ ਦੇ ਰਹੇ ਹਾਂ, ਸਾਡੇ ਕੋਲ ਕੰਮ ਨਹੀਂ ਹੈਗਾ ਵੀ ਜੇ ਚੜ੍ਹਤ ਹੋ ਗਈ ਤਾਂ ਰੇਟ ਵਧਾ ਲਈਏ। ਸਾਰੇ ਦੁਕਾਨਦਾਰ ਇੱਦਾਂ ਕਰਦੇ ਨੇ ਵੀ ਇੱਕ ਵਾਰੀ ਕੰਮ ਚਲਾ ਲਿਆ ਰੇਟ ਵਧਾ ਲਓ, ਜਿਵੇਂ ਤੁਹਾਡਾ ਕੰਮ ਚੱਲੂਗਾ ਸਾਡਾ ਰੇਟ ਘਟੂਗਾ। ਇਹ ਤੁਹਾਡਾ ਨਾਲ ਵਾਅਦਾ ਰਹਿ ਗਿਆ, ਤੁਸੀਂ ਇੱਥੇ ਖੜੇ ਹੋ, ਤੁਹਾਡੇ ਨਾਲ ਪੱਕੀ ਜਵਾਨ ਹੋ ਗਈ, ਸਾਡੀ ਦੁਕਾਨ 'ਤੇ ਰੇਟ ਘੱਟਦੇ ਜਾਣਗੇ, ਕਦੇ ਵਧਣਗੇ ਨਹੀਂ। ਹਾਂਜੀ, ਦੇਖੋ ਜਿਹੜੇ ਸਾਡੇ NRI ਵੀ ਦਰਸ਼ਕ ਸੀ ਉਹਨਾਂ ਨੇ ਵੀ ਕਾਫੀ ਸਰਾਇਆ, ਉਹ ਕਹਿੰਦੇ ਜਿਹੜੇ ਅਸੀਂ ਇੱਥੋਂ ਸੁਰਜੀਤ ਸੰਸ ਤੋਂ 3-3, 5-5 ਹਜ਼ਾਰ ਸੂਟ ਲਏ ਆ, ਜਿਹੜਾ 3,000 ਦਾ ਲਿਆ ਸਾਨੂੰ 8-8 ਹਜ਼ਾਰ ਦਾ ਬਾਹਰੋਂ ਮਿਲਦਾ ਸੀ, ਜਿਹੜਾ 5,000 ਦਾ ਲਿਆ ਸਾਨੂੰ 10,000 ਦਾ ਮਿਲਦਾ ਸੀ, ਉਹ ਵੀ ਸਾਡੀ ਵੱਡੇ ਪੱਧਰ 'ਤੇ ਇਸ ਰੇਂਜ ਦੇ ਵਿੱਚ ਵੀ ਸੂਟਾਂ ਦੀ ਵਿਕਰੀ ਹੋਈ ਆ। ਮੇਰੇ ਕੋਲ ਵੀਰ ਜੀ 3,000 ਤੋਂ 5,000 ਰੇਂਜ ਸੂਟ ਬਹੁਤ ਵਿਕਦੇ ਨੇ। ਉਹਦਾ ਰੀਜ਼ਨ ਕੀ ਆ? ਜਿਹੜਾ ਮਹਿੰਗਾ ਸੂਟ ਹੁੰਦਾ ਨਾ ਵੀਰ ਜੀ, ਉਹ 'ਚ ਦੁਕਾਨਦਾਰਾਂ ਨੇ, ਕਈ ਵੱਡੇ ਦੁਕਾਨਦਾਰਾਂ ਨੇ ਕੀਤਾ ਕੀ ਹੋਇਆ ਵੀ ਗਾਹਕ ਨੂੰ ਮਹਿੰਗੇ ਸੂਟ 'ਚੋਂ ਜਿੰਨਾ ਮਰਜ਼ੀ ਵੱਧ ਪੈ ਲੈ ਲਓ। ਸਾਡੇ ਕੋਲ ਵੀਰ ਜੀ ਉਹ ਨਹੀਂ ਹੈਗਾ ਵੀ ਗਰੀਬ ਨੂੰ ਹੀ ਲੈਸ ਦੇਣੀ ਆ, ਅਮੀਰ ਨੂੰ ਹੀ ਲੈਸ ਦੇ, ਸਭ ਨੂੰ ਦੇਣੀ ਆ ਵੀਰ ਜੀ। ਸਾਡੇ ਲਈ ਸਾਰੇ ਪਰਿਵਾਰ, ਸਭ ਇੱਕ ਪਰਿਵਾਰ ਆ ਸਾਡਾ, ਸਾਡੇ ਸਾਰੇ ਅਮੀਰ ਨੇ, ਸਾਡੇ ਨਾਲ ਕੋਈ ਆ ਜਾਵੇ ਵੀਰੇ, ਅਸੀਂ ਲੈਸ 'ਤੇ ਹੀ ਦੇਣਾ ਵਾ। ਜਿਹੜਾ ਸੂਟ 8,000 ਦਾ ਬਾਜ਼ਾਰ 'ਚ ਮਿਲਦਾ ਨਾ ਵੀਰ ਜੀ, ਅਸੀਂ ਉਹ ਸੂਟ 4,000 ਗਾਹਕ ਨੂੰ ਦਿੰਦੇ ਹਾਂ, 3,000 ਦਿੰਦੇ ਗਾਹਕ ਨੂੰ, ਅਗਲਾ ਆਪਣੇ ਆਪ ਆਏਗਾ ਵੀਰ ਜੀ। ਗਾਹਕ ਸਿਆਣਾ ਵੀਰੇ, ਅਸੀਂ ਕੋਈ ਸਿਆਣੇ ਨਹੀਂ, ਕੋਈ ਦੁਕਾਨਦਾਰ ਸਿਆਣਾ ਨਹੀਂ, ਜਿੱਥੋਂ ਆਪਣੇ ਸਸਤਾ ਮਿਲਣਾ ਉੱਥੇ ਹੀ ਜਾਣਾ। ਆਹ ਦੇਖੋ ਵੀਰ ਜੀ ਬੁਟੀਕ ਅਗਲਾ ਡਿਜ਼ਾਇਨ ਸਾਡਾ ਜੀ, ਮੋਰ ਬਣੇ ਨੇ ਘੇਰੇ 'ਤੇ ਜੀ, ਨੈੱਕ ਦਾ ਕੰਮ ਦੇਖ ਲਓ ਕਿੰਨਾ ਸੋਹਣਾ ਜੀ। ਆਹ ਦੇਖੋ ਬਾਜੂ 'ਤੇ ਵੀ ਕੰਮ ਹੈ ਵੀਰੇ, ਆਹ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਜੀ, ਚੁੰਨੀ ਵਰਕ ਵਾਲੀ ਜੀ, ਬੁਟੀਕ ਵਾਲਾ ਫੋਟੋ ਵਾਲਾ ਡਿਜ਼ਾਇਨ ਹੈ ਵੀਰ ਜੀ। ਇਸ ਟਾਈਮ ਸਭ ਤੋਂ ਲੇਟੈਸਟ ਡਿਜ਼ਾਇਨ ਆ, ਬਹੁਤ ਵਿਕ ਰਿਹਾ, ਬਹੁਤ ਪਾਸ ਡਿਜ਼ਾਇਨ ਆ ਜੀ, ਇੰਸਟਾਗ੍ਰਾਮ 'ਤੇ ਡਿਜ਼ਾਇਨ ਨੇਰ ਲਿਆਉਂਦਾ ਪਿਆ, ਇੰਸਟਾਗ੍ਰਾਮ 'ਤੇ ਲੋਕ 4,500-5,000 ਵੇਚ ਰਹੇ ਨੇ। ਜਿਹੜੇ ਦੁਕਾਨਦਾਰ ਸੇਲ ਦਾ ਦਾਵਾ ਕਰਦੇ ਨੇ 3,000 ਰੁਪਏ ਸੂਟ ਉਹ ਵੇਚ ਰਹੇ ਨੇ, ਆਪਣੀ ਦੁਕਾਨ ਤੁਹਾਨੂੰ ਵੀਰ ਜੀ ਸੂਟ ਮਿਲੂਗਾ ਇਹ। ਹੈਲੋ, ਮੈਂ ਤੁਹਾਨੂੰ ਜੋ ਲਾਸਟ ਲੈਸ ਤੋਂ ਲੈਸ ਰੇਟ ਦੱਸ ਰਿਹਾ, ਆਪਣੀ ਦੁਕਾਨ ਤੋਂ ਸੂਟ ਮਿਲੂਗਾ ਤੁਹਾਨੂੰ 2100 ਰੇਂਜ ਵੀਰ ਜੀ। ਬੁਟੀਕ ਦਾ ਡਿਜ਼ਾਇਨ ਆ, ਪਿਓਰ ਪੂਰਾ ਪਿਓਰ ਕੱਪੜਾ, ਤੁਹਾਨੂੰ ਵੀ ਸੂਟ ਦੇਵਾਂਗੇ 2100 ਰੇਂਜ। ਆਹ ਡਿਜ਼ਾਇਨ ਆ ਜੀ, ਦੇਖੋ 2100 ਵੀਰ ਜੀ, ਕੋਈ ਨਹੀਂ ਦਊਗਾ, ਸਭ ਤੋਂ ਘੱਟ ਰੇਟ ਕੱਪੜਾ ਦੇਵਾਂਗੇ, ਨਾਲੇ ਕੱਪੜਾ ਪੂਰਾ ਪਿਓਰ ਹੋਊਗਾ, ਹਲਕਾ ਕੱਪੜਾ ਨਹੀਂ, ਪੂਰੀ ਪਿਓਰ ਸਿਲਕ ਜੀ। ਹੈਲੋ, ਨਾਲ ਦੁਪੱਟਾ ਵਰਕ ਵਾਲਾ ਵੀਰੇ, ਦੁਪੱਟਾ ਖੋਲਿਆ ਨਾ, ਦੁਪੱਟਾ ਦਿਖਾਉਂਦੇ ਖੋਲ ਕੇ। ਹੈਲੋ, ਆਹ ਦੇਖੋ ਫੋਟੋ ਜੀ, ਸਾਡਾ ਡਿਜ਼ਾਇਨ ਹਮੇਸ਼ਾ ਫੋਟੋ ਨਾਲ ਵੀ 21 ਬਣਿਆ ਹੋਊਗਾ ਵੀਰੇ, 19 ਨਹੀਂ ਹੋਊਗਾ ਕਦੇ ਵੀ। ਦੇਖੋ 19 ਫੋਟੋ ਨਾਲ ਵੀ ਸੋਹਣੀ ਹੈ ਵੀਰੇ, ਸਾਡੇ ਡਿਜ਼ਾਇਨ ਦੇ ਉੱਤੇ ਇੱਦਾਂ ਨਹੀਂ ਹੋਊਗਾ, ਫੋਟੋ 'ਤੇ ਕੁਛ ਹੋਰ ਆ, ਸੂਟ ਕੁਛ ਹੋਰ ਹੋਊ, ਸੂਟ ਫੋਟੋ ਨਾਲੋਂ 21 ਹੋਊਗਾ, ਮੂੰਹਾਂ ਬੋਲਦਾ ਹੋਊਗਾ, ਵਰਕ ਦੀ ਕੁਆਲਿਟੀ ਹਲਕੀ ਨਹੀਂ ਹੋਊ, ਪਿਓਰ ਚੀਜ਼ਾਂ ਦੇਵਾਂਗੇ, ਓਰੀਜਨਲ ਮਾਲ ਦੇਵਾਂਗੇ, ਰੇਟ ਦੇਵਾਂਗੇ ਸਾਰੇ ਪੰਜਾਬ ਨਾਲੋਂ, ਆਲ ਓਵਰ ਵਰਲਡ ਨਾਲੋਂ ਰੇਟ ਘੱਟ ਦੇਵਾਂਗੇ ਤੁਹਾਨੂੰ। ਆਹ ਦੇਖੋ ਵੀਰ ਜੀ ਅਗਲਾ ਡਿਜ਼ਾਇਨ, ਉਹ ਪਾੜਾ ਸਿਲਕ ਕੱਪੜਾ ਵੀਰ ਜੀ, ਕਢਾਈ ਦੇਖੋ, ਦੁਪੱਟਾ ਤਾਂ ਦੁਕਾਨਿਆਂ ਦਾ ਖੋਲ੍ਹ ਕੇ, ਉਹ ਪਾੜਾ ਸਿਲਕ ਕੱਪੜਾ 4 ਸਾਈਡ ਦੁਪੱਟੇ ਨਾਲ ਵੀਰ ਜੀ, ਸੂਟ ਦਾ ਕੰਮ ਦੇਖ ਲਓ ਪੂਰਾ ਵਧੀਆ ਕੰਮ। ਹੈਲੋ, ਆਹ ਦੇਖੋ ਨਾਲ ਚੁੰਨੀ ਵੀਰ ਜੀ, ਕੰਟਰਾਸਟ ਚੁੰਨੀ ਨਾਲ ਚਲਾਉਣ ਦੀ ਕੰਮ, ਧਾਗੇ ਦਾ ਪੂਰਾ ਸਫਾਈ ਦਾ ਕੰਮ ਆ। ਇਹ ਸੂਟ ਵੀਰ ਜੀ ਬਾਜ਼ਾਰ 'ਚ 3240-3380 ਜਿਹਦਾ ਦੁਕਾਨ ਦਾ ਰੇਟ ਹੈ, ਜਿਹਦਾ ਪੌਣ ਰੇਟ ਆ, ਸਾਡੀ ਦੁਕਾਨ ਦਾ ਰੇਟ ਤਾਂ 1950 ਰੁਪਏ ਵੀਰ ਜੀ, 1920 ਰੁਪਏ ਆਪਣੇ ਕੋਸਟ ਕਰ ਰਹੇ ਆ, ਤੁਹਾਨੂੰ 1950 ਦੇਵਾਂਗੇ ਵੀਰ ਜੀ। ਆਲ ਓਵਰ ਪਾੜਾ ਸਿਲਕ, ਕੋਈ ਕੱਪੜਾ ਕਰੇਬ ਨਹੀਂ ਵੀਰੇ ਹੈਗਾ, ਓਰੀਜਨਲ ਪਾੜਾ ਲੱਗੀ ਆ, ਕੱਪੜੇ ਦੀ ਕੁਆਲਿਟੀ ਦੇਖ ਲਓ, ਚੁੰਨੀ ਦੀ ਕੁਆਲਿਟੀ ਦੇਖ ਲਓ, ਕਢਾਈ ਦੀ ਕੁਆਲਿਟੀ ਦੇਖ ਲਓ, ਸਟਿਚ ਦੇਖ ਲਓ ਕਿੰਨੇ ਵਧੀਆ ਸੰਘਣੇ ਸਟਿਚ ਲੱਗੇ ਨੇ, ਕੋਈ ਹਲਕਾ ਕੰਮ ਨਹੀਂ ਵੀਰੇ, 1950 ਦੇਵਾਂਗੇ ਵੀ। ਸੋ ਵਾਕਈ ਤੁਸੀਂ ਖੁਦ ਦੇਖ ਸਕਦੇ ਹੈਗਾ ਵੀ ਕਿੰਨਾ ਫਾਇਦਾ ਹੈਗਾ, ਜਿਹੜਾ ਅੱਧੋ ਅੱਧ ਦਾ ਫਾਇਦਾ ਹੁਣ ਦਿੱਤਾ ਜਾ ਰਿਹਾ ਆ, ਜਿਹੜੇ ਸਸਤੇ ਸੂਟ ਆ ਉਹਨਾਂ ਪਿੱਛੇ 15 ਰੁਪਏ ਅਤੇ ਜਿਹੜੇ ਮਹਿੰਗੇ ਸੂਟ ਆ ਉਹਨਾਂ ਪਿੱਛੇ ਸਿਰਫ 30-30 ਰੁਪਏ ਦੇ ਮਾਰਜਨ ਦੇ ਨਾਲ ਇਹਨਾਂ ਵੱਲੋਂ ਸੂਟ ਦਿੱਤੇ ਜਾ ਰਹੇ ਆ, ਜਿਸ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੋਕ ਇੱਥੇ ਆ ਰਹੇ ਹੈਗੇ ਆ। ਅਤੇ ਬਾਈ ਜੂਨ ਇਹ ਵੀ ਕਹਿ ਰਿਹਾ ਕਿ ਦਸੰਬਰ ਦਾ ਮਹੀਨਾ ਜਿਹੜਾ ਹੈਗਾ ਇਹਦੇ ਵਿੱਚ ਪੂਰਾ ਜਿਹੜਾ ਰੇਟ ਟੂ ਰੇਟ ਲੱਗਾ ਉਸ ਆਧਾਰ 'ਤੇ ਜਿਹੜੇ ਕਿ ਕੱਪੜੇ ਸੇਲ ਕੀਤੇ ਜਾਣਗੇ। ਆਹ ਦੇਖੋ ਵੀਰ ਜੀ ਸੂਟ, ਆਹ ਦੇਖੋ ਨੈੱਕ ਦਾ ਹੈਂਡਲ ਟੋਟਲੀ ਵਰਗਾ, ਦੇਖੋ ਜੀ ਨੈੱਕ 'ਤੇ, ਆਹ ਦੇਖੋ ਘੇਰਾ ਇਹਦਾ, ਖਾਓ ਘੇਰੇ ਦਾ ਕੰਮ ਦੇਖੋ ਕਿੰਨਾ ਸਫਾਈ ਵਾਲਾ ਕੰਮ ਆ, ਪੂਰੀ ਫੁੱਲ ਹੈਵੀ ਬਾਜੂ ਆ ਵੀਰ ਜੀ, ਆਹ ਦੇਖੋ ਫੁੱਲ ਸਲੀਵ ਵੀਰੇ, ਦੇਖੋ ਨਾਲ ਦੁਪੱਟਾ ਵੀ ਫੈਂਸੀ, ਦੇਖੋ ਇਹ ਵੀਰ ਜੀ ਸੂਟ ਬਾਜ਼ਾਰ 'ਚ ਵਿਕਦਾ 3580 ਰੁਪਏ, ਠੀਕ ਆ ਜੀ, ਆਪਣੀ ਦੁਕਾਨ 'ਤੇ ਕੀਮਤ ਸਿਰਫ 2,050 ਰੁਪਏ, 2050 ਤੁਹਾਨੂੰ ਸੂਟ ਦੇਵਾਂਗੇ ਵੀਰ ਜੀ, ਆਹ ਲਾ 3580 ਵਾਲਾ ਸੂਟ 2050, ਪੂਰਾ ਆਲ ਓਵਰ ਜੀ, ਪਾੜਾ ਸਿਲ ਕੱਪੜਾ ਜੀ, ਬਾਜੂ ਕਢਾਈ, ਫਰੰਟ ਹੈਵੀ, ਘੇਰਾ ਹੈਵੀ, ਚੁੰਨੀ ਫੈਂਸੀ, ਇਹ ਵੀਰ ਜੀ 2050 ਨੂੰ ਕਿਤੋਂ ਨਹੀਂ ਮਿਲੂਗਾ, ਡਾਇਰੈਕਟ ਮਿਲ ਤੋਂ ਚੱਕ ਰਹੇ ਹਾਂ, ਡਾਇਰੈਕਟ ਮਿਲ ਤਾਂ ਬਣਵਾ ਕੇ ਲਿਆ ਰਹੇ ਸਾਰਾ ਮਾਲ, ਨਵਾਂ ਮਾਲ ਪੂਰਾ ਫਰੈਸ਼, ਕਿਸੇ ਕੋਈ ਡਿਜ਼ਾਇਨ ਪੁਰਾਣਾ ਨਹੀਂ ਹੋਊਗਾ, ਸਾਰਾ ਨਵਾਂ ਸਟੋਕ, ਸਭ ਤੋਂ ਘੱਟ ਰੇਟ ਦੇ ਮਾਲ ਵੀਰ ਜੀ। ਬਸ ਇੱਕ ਵਾਰੀ ਵਿਜ਼ਿਟ ਕਰੋ, ਇੱਕ ਸਾਨੂੰ ਕੁਛ ਭਰਾ ਕਹਿੰਦੇ ਨੇ ਵੀ ਫੋਟੋਆਂ ਪਾਓ, ਵੀਰ ਜੀ ਫੋਟੋਆਂ ਜਿੰਨੀਆਂ ਕੁ ਪੈਂਦੀਆਂ ਲੋਕਾਂ ਨੂੰ ਪਾਉਣੇ ਆ, ਪਰ ਸਾਡੀ ਕੋਸ਼ਿਸ਼ ਕੀ ਹੁੰਦੀ ਆ, ਤੁਸੀਂ ਫੋਟੋਆਂ ਵੱਲ ਨਾ ਰੁਕੋ, ਤੁਸੀਂ ਦੁਕਾਨ 'ਤੇ ਆਓ, ਦੁਕਾਨ 'ਤੇ ਆਓਗੇ ਪਹਿਲਾਂ ਵਰਾਇਟੀ ਦੇਖੋ, ਕੁਆਲਿਟੀ ਦੇਖੋ ਕੱਪੜੇ ਦੀ, ਫੋਟੋਆਂ ਵੀਰ ਜੀ ਪਾਉਣਾ ਦੇਖੋ, ਬਹੁਤ ਚਲੋ ਅਸੀਂ ਪਾਉਂਦੇ ਹਾਂ ਫੋਟੋ ਜਿੰਨੇ ਦਿਨ ਗਾਹਕ ਕਹਿੰਦੇ ਨੇ ਪਾਉਂਦੇ ਹਾਂ, ਪਰ ਵੀਰ ਜੀ ਫੋਟੋਆਂ ਦੇਖੋ ਪਾਉਣ ਨੂੰ ਸਾਨੂੰ ਟਾਈਮ ਵੀ ਬਹੁਤ ਲੱਗਦਾ, ਜੋ ਕਸਟਮਰ ਦੁਕਾਨ 'ਤੇ ਹੁੰਦਾ
ਵੀ ਗਾਹ ਖੜਕਵਾਇਆ ਪਹਿਲਾਂ ਉਹਨੂੰ ਪਹਿਲ ਦਈਏ ਉਹਨੂੰ ਨਾ ਇੱਦਾਂ ਲੱਗੇਗਾ ਮੈਨੂੰ ਅਟੈਂਡ ਨਹੀਂ ਕਰ ਰਹੇ ਅਸੀਂ ਵੱਧ ਤੋਂ ਵੱਧ ਕਸਟਮਰ ਦੁਕਾਨ 'ਤੇ ਉਹਨੂੰ ਅਟੈਂਡ ਕਰਦੇ ਹਾਂ ਜਿੰਨਾ ਦੇ ਕਸਟਮਰ ਸਾਡੇ ਕੋਈ ਅੱਜ ਸਾਡੇ ਕੋਲ ਅੱਜ ਤੱਕ ਕੋਈ ਕਸਟਮਰ ਨਿਰਾਸ਼ ਨਹੀਂ ਮਿਲਿਆ ਵੀਰ ਜੀ ਅਤੇ ਦੂਸਰੀ ਗੱਲ ਵੀ ਫੋਟੋਆਂ ਵੀ ਪਾਵਾਂਗੇ ਫੋਟੋ ਨਾਲ ਚੰਗਾ ਜੀ ਵੀਡੀਓ ਕਾਲ ਕਰੋ ਸੂਟ ਦੀ ਪਹਿਲਾਂ ਕੁਆਲਿਟੀ ਦੇਖੋ ਫੋਟੋਆਂ ਵਿੱਚ ਡਿਜ਼ਾਇਨਿੰਗ ਨਹੀਂ ਪਤਾ ਲੱਗਦੀ ਵੀਡੀਓ ਕਾਲ ਦੇਖੋ ਦੁਕਾਨ 'ਤੇ ਆਓ ਦੁਕਾਨ 'ਤੇ ਆ ਕੇ ਫਾਇਦਾ ਲਓ ਚੀਜ਼ ਦਾ ਫੋਟੋ ਵੀਰੇ ਅੱਜ ਤੁਹਾਨੂੰ ਫੋਟੋ ਪਾ ਰਹੇ ਹਾਂ ਸੂਟ ਸ਼ਾਮ ਤੱਕ ਡਿਜ਼ਾਇਨ ਹੋ ਡੇਲੀ ਚੇਂਜ ਨਵਾਂ ਨਵਾਂ ਮਾਰਨ ਦਾ ਫੋਟੋ ਨਾਲ ਚੰਗਾ ਦੁਕਾਨ 'ਤੇ ਆਓ ਵੀਰ ਜੀ ਜਿੰਨੇ ਸੂਟ ਦੀ ਕਹੋਗੇ ਜਿੰਨੇ ਡਿਜ਼ਾਇਨ ਕਹੋਗੇ ਤੁਹਾਡੇ ਨਾਲ ਜਵਾਨ ਹੋ ਗਈ ਵੀ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਨਿਰਾਸ਼ ਨਹੀਂ ਦੁਕਾਨ ਤੋਂ ਮੁੜਨਾ ਪਊਗਾ ਤੁਹਾਨੂੰ ਅਸੀਂ ਇਹ ਨਹੀਂ ਕਹਾਂਗੇ ਡਿਜ਼ਾਇਨ ਆਊਟ ਆਫ ਸਟੋਕ ਨਹੀਂ ਜਦੋਂ ਮਰਜ਼ੀ ਵਿੱਚ ਜਾਓ ਤੁਸੀਂ 2000 ਦੀ ਰੇਂਜ 'ਚ ਕਹੋਗੇ ਤੁਹਾਨੂੰ 100 ਡਿਜ਼ਾਇਨ 200 ਡਿਜ਼ਾਇਨ ਜਿੰਨੇ ਤੁਹਾਨੂੰ ਡਿਜ਼ਾਇਨ ਤੁਹਾਨੂੰ ਦੇ ਦਾਂਗੇ ਵੀਰੇ ਵਰਾਇਟੀ ਆਪਣੇ ਕੋਲ ਇੱਕ ਨਾਲ ਦੇ 100-120 ਹਰ ਟਾਈਮ ਆ ਜਾਣੇ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਤੁਸੀਂ ਦੁਕਾਨ 'ਤੇ ਆਉਣਾ ਜਿੰਨੀ ਮਰਜ਼ੀ ਵਰਾਇਟੀ ਲਓ ਫੋਟੋਆਂ ਦੇ ਚੱਕਰ ਦੇ ਵੀਰ ਜੀ ਘੱਟ ਪਓ ਡਿਜ਼ਾਇਨਿੰਗ ਦੁਕਾਨ 'ਤੇ ਆ ਕੇ ਦੇਖੋ ਜਿੰਨਾ ਮਰਜ਼ੀ ਮੰਨ ਲਓ ਬਾਕੀ ਤੁਸੀਂ ਵੀਡੀਓ ਕਾਲ ਜਦੋਂ ਮਰਜ਼ੀ ਕਰੋ 9 ਤੋਂ 9 ਦੁਕਾਨ 'ਤੇ ਵੀਡੀਓ ਕਾਲ ਅਸੀਂ ਕਰਦੇ ਹਾਂ ਸਵੇਰੇ ਦੁਕਾਨ ਖੁੱਲ ਜਾਂਦੀ 6:30 ਵਜੇ 6 ਵਜੇ ਹੁਣ ਅਸੀਂ ਖੋਲ੍ਹਣ ਲੱਗ ਗਏ ਹਾਂ ਵੀ 6:30 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਦੁਕਾਨ 'ਤੇ ਜਦੋਂ ਮਰਜ਼ੀ ਆ ਸਕਦੇ ਹੋ ਵੀਡੀਓ ਕਾਲ ਦਾ ਟਾਈਮ ਵੀਰੇ ਸਵੇਰੇ 9 ਤੋਂ 9 ਉਹਦਾ ਰੀਜ਼ਨ ਕੀ ਆ ਸਵੇਰੇ 3 ਘੰਟੇ ਤੁਹਾਨੂੰ ਲੱਗਦੇ ਨੇ ਦੁਕਾਨ 'ਤੇ ਮਾਲ ਨਵਾਂ ਮਾਲ ਖੋਲ੍ਹਣ ਨੂੰ 6 ਵਜੇ ਲੈ ਕੇ 9 ਵਜੇ ਨਵਾਂ ਮਾਲ ਖੁੱਲ੍ਹਦਾ ਵੀਰ ਜੀ ਸੈਟਿੰਗ ਹੁੰਦੀ ਹੈ 9 ਤੋਂ 9 ਤੁਹਾਨੂੰ ਦਿਖਾਵਾਂਗੇ ਵੀਡੀਓ ਕਾਲ 'ਤੇ ਅਤੇ ਰਾਤ ਨੂੰ 9 ਵਜੇ ਤੋਂ ਬਾਅਦ ਅਸੀਂ ਆਪਣਾ ਮਾਲ ਸਾਰਾ ਸਮੇਟਣਾ ਹੁੰਦਾ ਵੀਰ ਜੀ 12 ਵਜੇ ਦੁਕਾਨ ਖੁੱਲ੍ਹੀ ਜਦੋਂ ਮਰਜ਼ੀ ਆਓ ਆਹ ਦੇਖੋ ਵੀਰ ਜੀ ਇਹ ਵੀ ਡਿਜ਼ਾਇਨ ਬਹੁਤ ਫਾਸਟ ਹੈ ਵੀਰ ਜੀ ਆਲੂ ਇਹ ਬਜ਼ਾਰ ਸੂਟ ਵੀਰੇ ਵਿਕਦਾ ਵਾ 4000 ਰੁਪਏ ਰੇਂਜ ਵੀਰ ਜੀ ਤੁਹਾਨੂੰ ਵੀਰੇ ਪੀਸ ਦੇਵਾਂਗੇ ਆਪਾਂ 2900 ਰੁਪਏ ਦਾ ਜੀ ਹਲੋ 4000 ਰੁਪਏ ਵਾਲਾ ਪੀਸ ਵੀਰ ਜੀ 2900 ਨੂੰ ਦੇਵਾਂਗੇ ਇਹ ਵੀਰ ਜੀ ਸੂਟ ਆਪਾਂ ਨੂੰ 2800 ਅਤੇ 40 ਰੁਪਏ ਕੋਸਟ ਕਰ ਰਿਹਾ ਵੀਰ ਜੀ ਸਿਰਫ 60 ਰੁਪਏ ਮਾਰਜਨ ਲੈ ਕੇ ਵੀਰ ਜੀ ਤੁਹਾਨੂੰ 2900 ਦੇ ਰਹੇ ਹਾਂ ਇਹ ਓਰੀਜਨਲ ਪੀਸ ਆ ਇਹਦੀਆਂ ਕਾਪੀਆਂ ਬਣਦੀਆਂ ਨੇ ਵੀਰੇ ਮੈਂ ਤੁਹਾਨੂੰ ਕਾਪੀਆਂ ਕਹਾਂਗੀ ਕਾਪੀਆਂ ਬਣਵਾ ਦਾਂਗਾ ਪਰ ਵੀਰ ਜੀ ਆਪਣੀ ਕੋਸ਼ਿਸ਼ ਕੀ ਆ ਆਪਾਂ ਓਰੀਜਨਲ ਵੇਚੀਏ ਪਿਓਰ ਵੇਚੀਏ ਕੁਆਲਿਟੀ ਚੰਗੀ ਰੇਟ ਘੱਟ ਲੋਕੀ ਕਾਪੀ ਵੇਚਦੇ ਨੇ 3200-3300 ਰੇਂਜ ਇਸ ਤੁਹਾਨੂੰ ਓਰੀਜਨਲ ਪੀਸ ਆ 2900 ਰੁਪਏ ਦਾ ਜਿੰਨੇ ਮਰਜ਼ੀ ਸੂਟ ਲਓ ਵੀਰ ਜੀ 100 ਮਿਲ ਜੂ ਰੰਗ ਜਿੰਨੇ ਕਹੋਗੇ ਮਿਲ ਜਾਣਗੇ ਹਰੇਕ ਸੂਟ ਵਿੱਚ 4 ਰੰਗ ਹੁੰਦੇ ਨੇ ਜਿਹੜੇ ਨੋਰਮਲ ਜਿਹਾ ਹੁੰਦਾ ਜਿਹੜੇ ਸਾਡੇ ਡਿਜ਼ਾਇਨ ਨੋਰਮਲ ਜ਼ਿਆਦਾ ਵਿਕਦੇ ਨੇ ਉਹਨਾਂ 15 ਰੰਗ 18 ਰੰਗ ਬਾਕੀ ਕੋਈ ਜ਼ਰੂਰੀ ਨਹੀਂ 4 ਹੀ ਲੈਣੇ ਪੈਣੇ ਨੇ ਤੁਹਾਨੂੰ ਡਿਜ਼ਾਇਨ ਪਸੰਦ ਆ ਰੰਗ ਜਿਹੜਾ ਤੁਸੀਂ ਬੋਲੋਗੇ ਤੁਹਾਨੂੰ ਉਹ ਦੇ ਦਾਂਗੇ ਇੱਥੇ ਜਿਹੜਾ ਮਰਜ਼ੀ ਰੰਗ ਜਿਹੜੇ ਮਰਜ਼ੀ ਸੂਟ 'ਤੇ ਲਓ ਤੁਹਾਨੂੰ ਬਣਵਾ ਕੇ ਦੇਵਾਂਗੇ ਕਿਉਂਕਿ ਆਪਾਂ ਖੁਦ ਬਣਵਾ ਰਹੇ ਹਾਂ ਵੀਰ ਜੀ ਮਿੱਲਾਂ ਡਾਇਰੈਕਟ ਕੰਮ ਕਰ ਰਹੇ ਹਾਂ ਇਹ ਨਹੀਂ ਕੰਮ ਕਿ ਤੁਹਾਨੂੰ ਗਾਜਰੀ ਨਹੀਂ ਪਸੰਦ ਤੁਹਾਨੂੰ ਇਹ 4 ਰੰਗ ਲੈਣਾ ਪਊਗਾ ਨਾ ਤੁਸੀਂ ਹਰਾ ਪੀੜਾ ਨੀਲਾ ਗੁਲਾਬੀ ਜੋ ਬੋਲੋਗੇ ਤੁਹਾਨੂੰ ਤਿਆਰ ਕਰਵਾ ਦਾਂਗੇ ਇੱਕ ਸਾਲ ਡਿਜ਼ਾਇਨ ਸੀ ਲੱਡੂ ਡਿਜ਼ਾਇਨ ਇਹ ਡਿਜ਼ਾਇਨ ਨੂੰ ਸਾਨੂੰ ਸਭ ਤੋਂ ਵਧੀਆ ਰਿਸਪੋਂਸ ਮਿਲਿਆ ਸਭ ਤੋਂ ਵੱਧ ਗਾਹਕਾਂ ਨੇ ਡਿਜ਼ਾਇਨ ਪਸੰਦ ਕੀਤਾ ਇਹ ਤਾਂ ਆਪਾਂ ਤੁਹਾਨੂੰ ਪਿਛਲੇ ਦਿਖਾਇਆ ਸੀ ਮਸਟਰਡ ਰੰਗ ਇਹ 'ਚ ਰੰਗ ਵੀ ਜੀ 10-12 ਤਿਆਰ ਕਰਵਾਏ ਆ ਪਰ ਇਹ 'ਚ ਰੰਗ ਸਪੈਸ਼ਲ ਬਣਵਾਇਆ ਪਿੰਕ ਆਹ ਦੇਖੋ ਵੀਰ ਜੀ ਆਹ ਦੇਖੋ ਪਿੰਕ ਡਿਜ਼ਾਇਨ ਵੀਰ ਜੀ ਸੂਟ ਦੇਖੋ ਜੀ ਲੱਡੂ ਲੱਗੇ ਆ ਸਾਡਾ ਲੱਡੂ ਡਿਜ਼ਾਇਨ ਵਿਖਿਆ NRI ਗਾਹਕ ਵੀ ਇਹਨੂੰ ਲੱਡੂ ਹੀ ਕਹਿ ਰਹੇ ਨੇ ਸਾਰੇ ਲੋਕ ਅਸੀਂ ਪਿਆਰ ਨਾਲ ਰੱਖਿਆ ਸੀ ਨਾਮ ਸੂਟ ਦਾ ਲੱਡੂ ਡਿਜ਼ਾਇਨ ਜੀ ਸਿਰਫ ਆ ਗੋਲਿਆਂ ਕਰਕੇ ਲੱਡੂਆਂ ਕਰਕੇ ਇਹ ਡਿਜ਼ਾਇਨ ਦਾ ਨਾਮ ਹੀ ਲੱਡੂ ਪੈ ਚੁੱਕਿਆ ਵੀਰ ਜੀ ਇੰਨੇ ਲੋਕ ਇਹ ਪਸੰਦ ਕਰ ਰਹੇ ਨੇ ਡਿਜ਼ਾਇਨ ਦੇਖੋ ਨੱਕ ਦਾ ਕੰਮ ਕਿੰਨਾ ਪਿਆਰਾ ਦੇਖੋ ਚੁੰਨੀ ਹਲੋ ਪੂਰੇ ਪੰਜਾਬ 'ਚੋਂ ਪੂਰੇ ਵਰਲਡ 'ਚੋਂ ਲੋਕਾਂ ਦੇ ਫੋਨ ਆਉਂਦੇ ਨੇ ਸਾਨੂੰ ਲੱਡੂ ਚਾਹੀਦੇ ਆ ਦੇ ਕੱਪੜੇ ਦੁਕਾਨ ਤੇ ਚੁੰਨੀ ਦੇ ਵੀ ਲੱਡੂ ਲਾਤੇ ਸਾਰੇ ਲੱਡੂ ਵੀਰ ਜੀ ਕੱਪੜੇ ਦੁਕਾਨ ਤੇ ਹਲਵਾਈਆਂ ਦਾ ਕੰਮ ਕੀਤਾ ਹੋਇਆ ਕੱਪੜੇ ਨੂੰ ਲੱਡੂ ਲਾਏ ਪਏ ਨੇ ਦੇਖੋ ਜੀ ਡਿਜ਼ਾਇਨ ਦੇ ਕਿੰਨਾ ਪਿਆਰਾ ਸਿਰਫ 2250 ਦਾ ਦਵਾਂਗੇ ਵੀਰ ਜੀ ਜਿੰਨੇ ਮਰਜ਼ੀ ਪੀਸ ਲਓ 1000 ਪੀਸ ਕੋ 1000 ਜਿੰਨੇ ਕੋਲ ਪੀਸ ਮਿਲ ਜਾਣਗੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਰੰਗ ਇਹ ਨਹੀਂ ਗੱਲ ਕਹਿੰਦਾ ਪਿੰਕ ਜਾਂ ਮਸਟਰੀ ਜਿਹੜਾ ਤੁਹਾਨੂੰ ਪਸੰਦ ਆ ਤੁਹਾਨੂੰ ਉਹ ਲਿਆਂ ਦਵਾਂਗੇ ਆਪਣਾ ਆਪ ਤਿਆਰ ਕਰ ਰਹੇ ਨੇ ਜੀ ਹੁਣ ਦੇਖੋ ਟਾਈਮ ਵੀਰ ਜੀ ਘੱਟ ਕਰਕੇ ਨਾ ਤੁਹਾਨੂੰ ਥੋੜਾ ਜਲਦੀ ਜਲਦੀ ਦਿਖਾ ਰਿਹਾ ਸਟਾਕ ਬਹੁਤ ਜ਼ਿਆਦਾ ਵੀਰ ਜੀ ਡਿਜ਼ਾਇਨ ਸਾਰੇ ਦਿਖਾਣੇ ਬਹੁਤ ਔਖੇ ਆ ਤੁਹਾਨੂੰ ਥੋੜੀ ਮੋਟੀ ਮੋਟੀ ਨਜ਼ਰ ਮਰਾ ਦਿੰਦਾ 2000 ਤੋਂ 2500 ਤੁਹਾਨੂੰ ਰੇਂਜ ਮੈਂ ਦਿਖਾਉਂਦੇ ਆ ਆਹ ਸਾਰੀ ਨਿਕਲ ਜਾਂਦੀ ਕਾ ਮਾਰੇ ਜੀ ਆਹ ਦੇਖੋ ਜੀ ਆਹ ਦੇਖੋ ਵੀਰ ਜੀ ਨੈਕ ਦਾ ਵਰਕ ਵੀਰ ਜੀ ਘੇਰੇ ਦਾ ਕੰਮ ਆ ਨੈਕ ਦਾ ਵਰਕ ਦੇਖੋ ਘੇਰੇ ਦਾ ਕੰਮ ਦੇਖੋ ਦੁਪੱਟਾ ਨਾਲ ਫੋਰ ਸਾਈਡ ਵੀਰ ਜੀ ਆਹ ਇੱਕ ਡਿਜ਼ਾਇਨ ਆਹ ਦੇਖੋ ਇੱਕ ਆਹ ਦੇਖੋ ਜਿਹੜੇ ਸ਼ੀਸ਼ਿਆਂ ਵਾਲਾ ਵੀਰੇ ਸਾਰੇ ਸ਼ੀਸ਼ੇ ਜਿਹੜੇ ਨੇ ਦੇਖੋ ਹਲੋ ਨੈਕ ਤੇ ਸ਼ੀਸ਼ੇ ਨੇ ਵੀਰ ਜੀ ਘੇਰੇ ਦੇ ਸਾਰੇ ਪੂਰੇ ਫਰੰਟ ਦੇ ਸ਼ੀਸ਼ੇ ਨੇ ਦੇਖੋ ਆਹ ਦੇਖੋ ਨਾਲ ਦੁਪੱਟਾ ਦੁਪੱਟਾ ਤਾਂ ਬਹੁਤ ਸੋਹਣਾ ਵੀਰੇ ਸਾਰੇ ਡਿਜ਼ਾਇਨ ਦੇਖੋ ਵੀਰ ਜੀ ਜਿਹੜਾ ਜਿਹੜਾ ਡਿਜ਼ਾਇਨ ਤੁਹਾਨੂੰ ਬਾਜ਼ਾਰ 4000 ਮਿਲੂਗਾ ਵੀਰ ਜੀ ਆਪਣੀ ਦੁਕਾਨ ਤੇ 2500 ਜੇ ਤੁਹਾਨੂੰ ਬਾਜ਼ਾਰ 'ਚ ਮਿਲੂ 3000 ਰੁਪਏ ਸੂਟ ਸਾਡੇ ਕੋਲ ਤੁਹਾਨੂੰ 2000 ਮਿਲੂਗਾ ਇਕੱਲੇ ਕੱਲ ਸੂਟ ਰੇਟ ਦੱਸਣਾ ਵੀਰ ਜੀ ਬਹੁਤ ਔਖਾ ਡਿਜ਼ਾਇਨਿੰਗ ਦੇਖੋ ਕੁਆਲਿਟੀ ਦੇਖੋ ਤੁਹਾਨੂੰ ਬਸ ਦੀ ਦੁਕਾਨ 'ਤੇ ਆਉਣਾ ਰੇਟ ਤੁਹਾਨੂੰ ਇਹ ਤੁਹਾਡੇ ਨਾਲ ਵਾਅਦਾ ਰਹਿ ਗਿਆ ਕਿ ਬਾਜ਼ਾਰ ਨਾਲ ਤੁਹਾਨੂੰ 1000 ਤੋਂ 1500 ਲੈਸ ਮਿਲੂ ਸੂਟ 'ਚ ਵੀਰੇ ਇੱਕ ਸੂਟ ਦੇ ਰੇਟ ਤੁਹਾਨੂੰ 200 ਸੂਟ ਦੇਵਾਂਗੇ ਵੀਰ ਜੀ ਤੁਸੀਂ ਦੁਕਾਨ 'ਤੇ ਆਓ ਜਿਹੜੇ ਰੇਟ ਤੁਹਾਨੂੰ ਬਾਜ਼ਾਰ ਤੋਂ ਇੱਕ ਸੂਟ ਮਿਲਣਾ ਸਾਡੇ ਨਾਲ ਤੁਹਾਨੂੰ ਸੂਟ 2 ਮਿਲ ਜਾਣੇ ਉਹ ਰੇਟ 'ਤੇ 50 ਸੂਟ 4000 ਸਾਡੇ ਕੋਲ 2500 50 ਸੂਟ 3200 ਸਾਡੇ ਕੋਲ 2000 ਡਿਜ਼ਾਇਨਿੰਗ ਦੇਖੋ ਵੀਰ ਜੀ ਹਲੋ ਆਹ ਦੇਖੋ ਵੀਰ ਜੀ ਨੈਕ ਦਾ ਕੰਮ ਵੀਰ ਜੀ ਇਹਦਾ ਦੇਖੋ ਨੈਕ ਦਾ ਕੰਮ ਦਿਖਾਓ ਜੀ ਦੇਖੋ ਨੈਕ ਦਾ ਕੰਮ ਵੀਰ ਜੀ ਨਾਲ ਬਾਜੂ ਪੂਰੀ ਹੈਵੀ ਆ ਆਹ ਦੇਖੋ ਫੁੱਲ ਹੈਵੀ ਬਾਜੂ ਆ ਜੀ
जिन्ने मर्जी डिजाइन लाइट रंगा दे डार्क रंगा दे जिन्ने मर्जी डिजाइन ले लो भी डिजाइन तुम बहुत दे दांगे जिन्ने मर्जी सारे डिजाइन फोटो वाले देखो भीर जी जेड़े सूट बाजार से चार चार हज़ार मिलने ना भीर जी अपने को 2200 2500 2700 जोड़ा 4500 5000 मिलेगा सारे को 2700 रेंज मिलेगा तकरीबन भीर जी बाजार नो 50-50% का फर्क है जी रेट का। एक भीर जी देखो आह सूट चाहिए लहंगा सूट भीर जी ऑल ओवर भीर प्योर ते जी आलो नाल दुपट्टा वाला सूट जी ऑल ओवर सूट हैंडवर्क का काम देखो जी नाल दुपट्टा हैवी ये भीर जी सूट बाजार से बिकता 5500 रुपये ठीक है भीर जी ये असी 2995 सूट बेचे सारे ठीक है जी। हूँ भीर जी अपना माल तैयार हो चुका तुम मिल तो मिल लै रहे ये अपना अपनी मशीन का काम चल रहा भीरे देखो नाल सूट के नाल लहंगा भीर जी ये भी तुम देवे 2600-50 रुपये रेंज भीर जी ए नवा रेट 2650 निकले भीर जी 2650 तो इन्ना हैवी लहंगा कोई देख के दिखाए भीर जी सूट ऑल ओवर सूट ना सलवार सूट ही बनाओ लहंगा भी पाओ 2650 व्डिया व्डिया दुकाना सेलों दावे कर दी 5500 लोग भी बेच रहे सेलों दावे करके असं तुम दे रहे 2650 रेंज नो प्रॉफिट नो लॉस दिसंबर के महीने भीर जी जिनी होगा तो सेवा करा घर तोड़ कपड़ा देना भीर जी नाल बाजू वर्क भी आऊगा डिजाइन जिन्हें मर्जी रंग जिन्हें मर्जी 100-100 पीस भीर जी हर टाइम हाजिर जो मर्जी आऊगी। एक भीर जी तुम्हें एक चीज़ होर दिखानी है कई लोग कहते हैं पाड़ा सिल कपड़ा नहीं पाना सू नवा बेस चाहिए नवे बेस देखो भीर जी घर नवा काम करवा रहे हैं और गैंस का उपर वर्क भीर सारा टोटली हैंडवर्क भीर जी ये बुटीक स्टाइल आइटम ने यह तुम सिर्फ अपने को ही मिलनी भीर जी नवी चीज़ा ने यह बाजार से किसी को अजे आई भी नहीं होनी भीरे बाकी ना मैं तुम दसदा चुनी प्रिंट देखो साढ़े को जे तुम 3000 तो लगे 5000 के सूट देखने भीर जी थोड़ा डिजाइन इस तरह के देवे कि लोगों ने देखे कि सोचे भी होने भीर आप स्पैशल अपने आप तैयार करवाने जो पटियाले का हाथ का काम हों सूई का काम धागे का सारा काम हों भी सा सूट मिलने जिदा के मर्जी बुटीक का सूट थोड़े को फोटो हो देखा होचा हो मन में सूट देवे भीर जी तुम अपने घर मन च सोच के आ जाओ रात को सुपना देखो सूट कहो जहाँ पाँना सवेर में तुम्हें भावें सूट देवे भीर जी तुम आना दुकान से वरायटी हो जो किसी ने सोची भी नहीं होनी आ देखो चुनिया फैंसी वरायटी भीरे जिनी मर्जी जे तुम हैवी रेंज के सूट देखने भीर जी साढ़े को डिजाइन तुम्हें इदा के मिलने जेडे किसी ने जे सोचे भी नहीं होने नवे नवे काम भीर जी जिदा के मर्जी डिजाइन ले लो जी। वीडियो काफ़ी लंबी हो जा रही है सानू यह पता भी थोड़े को एड्डी वरायटी है भावें तो 4 दिन कैमरा ऑन रखो हैगी सो बहुत लोगों की फायदे रहे हो पर गल यह हैगी लेडीज इतने काफ़ी खुश होकर जा रही काफ़ी उन्होंने वरायटी दे रहे हो वो वही गल यह भी लख लख रुपए वाला कपड़ा 40-50 हज़ार जो लैके जा रहा वही अमाउंट भी लोगों की बच रही है लोगों का भला भी हो रहा पर जेंट्स के कुछ इदा आइटम रखी जहाँ उन्होंने भी पता लगे भी हाँ भी बाकी सुरजीत एंड संस वालों साढ़े भी बहुत वे फायदे हो रहे हैं भीर जी असं रौला बाल फालतू नहीं पाते जेंट्स कपड़े अचक चल रहे जी कोट पैंट इन्ने का असं भीर जी देखो विह देखो लड़ हूँ जेंट्स कपड़े की भी लोगों ने कोट पैंट भी काफ़ी लेने होंगे आह देखो भीर जी आह कोट पैंट का कपड़ा है यीर जी 400 मीटर का कपड़ा है बाजार से बिकता जी 1200 का कोट पैंट ये मैच तुम मेरे को आए हो थोड़े राही सारे लोग जुड़े ने तुम बोलो भीर जी किन्ने दे दिए मैं कहना जी कमाई नहीं देखनी छड़ दो जो तुसी दसो मैं कहना भी 400 दे रहे हो तुम अपने हिसाब से देखो की रेट है जो जायज रेट है साढ़े नाल रब वर्ग के गाहक जुड़े ने थोड़े राही सारे बहुत कस्टमर जुड़े ने तुम मुँह 400 कहना भीर एक रुपया होर छे 399 से कोट पैंट जी 399 से कोई कोट पैंट दे के दिखाए भीर जी 3 मीटर कपड़ा देवे पूरा कोट पैंट बनूगा कोई बना लवे कोई लंबा होटा हरेक बंद का कोट पैंट बनूगा हाइट 6 फुट होगी तभी कोट बनूगा 3 मीटर देवे पूरा यह 400 मीटर का कपड़ा भीर जी 1 मीटर 2 मीटर फ्री ढोडी जबान करता 400 का नहीं थोड़ा तुम 400 मुँह कहना भीरे 399 देवे कोट पैंट कोई भीरे नहीं देगा बड़े बड़े सेलन दावे करते हैं फिर 1200 रेट से कोट पैंट का 399 थैंक यू इन्होंने मैं तो मजाक जो कहा वैसे कहते 1200 का कोट पैंट है मैं तो वैसे ही कहा चलो 400 दे दौ 399 रुपये का यह कोट पैंट दे रहे हैं पंजाब दे विच सब तो सस्ता जेकर मनिया जाए तो पंजाब दे विच रिकॉर्ड बन गया सब तो सस्ता कोट पैंट तुम ले जाओ सुरजीत सिंह एंड संस तो ले जाओ भाजी स्टॉक है कलर है जिन्हें मर्जी रंग लो भीरे वाधू डिजाइन एक थोड़ा जहा वाधा यह भी हो गया जो भी आओगे ये बहाना नहीं बजूगा स्टॉक आउट हो गया जिन्ने कोट पैंट को उन्ने कट दूंगा भीर जी थान चो दूंगा कट के कोई टोटे नहीं पे थान चो कट के देवे 3 मीटर हरेक बार फ्रैश माल देवे जिन्ने मर्जी ले लियो 100 को 200 को जिन्ने को देवे भाजी जिम्मे कह रहे हो भी कोट पैंट तो 399 देता यह गल बाकी आज तक किसी ने यह रेट नहीं दिते पंजाब दे विच श्री माछीवाड़ा साहब तो सुरजीत सिंह ने बड़ा रिकॉर्ड बना दिता ले जाओ जिन्ने मर्जी
सिर्फ 399 रुपए कोटपेंट लैके जा रहे हैं। भाजी कोटपेंट शर्ट की लड़ भी होंगी है, जो बकरी भी होंगी है, कोई पेंट शर्ट का भी कोई यहोजा तो है पेंट शर्ट जिदा की मर्जी ला लो सब कुछ उन्हें मिलेगा। एक अजक चलता लैन देने पेंट शर्ट, वो लोग की करते हैं कोई कहना लैन देने पेंट शर्ट लोग अलग 200 रुपए भी आया कहता सब तो सस्ती। वीर जी 200 रुपए की तुम आए हो, मेरे लोगों ने इन्ना प्यार दिता, 100 रुपए की पेंट शर्ट भीरे, 100 रुपए की पेंट शर्ट, ठीक है जी भाई ध्यान ना देख लो घाटे घूटे ना पै जाओ साढ़े सामने अभी आ 200 आ देखो जी 299 रुपए है ये तो लिखा रेट जो पिछों कंपनी ने लिखा आ एम आर पी डोनियर का 299 रुपए लिखा आ तुम सोच लो हजे एवें ना साढ़े ਵਡਿਆਈ ਦੇ ਲਈ ਤੁਸੀਂ 100-200 ਰੁਪਈਆ ਛੱਡ ਰਹੇ ਹੋ। 300 ਵਾਲਾ ਤੁਸੀਂ 100 ਚ ਦੇ ਕੇ 200 ਦਾ ਘੱਟ ਆ ਇਹ 97-50 ਰੁਪਏ ਮੈਨੂੰ ਸੂਟ ਕਰ ਰਹੀ ਹੈ ਪੈਂਟ ਸ਼ਰਟ ਕੋਸਟ ਤੁਹਾਨੂੰ ਵੀਰ ਜੀ 250 ਰੁਪਏ ਮਾਰਜਨ ਲੱਗਦਾ 100 ਰੁਪਏ ਦੇਣਾ ਵੀਰ ਜੀ। ਅਸੀਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਕਮਾਈ ਕਰਨ ਬੈਠੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ ਵੀਰ ਜੀ, 52 ਸਾਲ ਸਾਡੇ ਪਾਪਾ ਨੇ ਮਿਹਨਤ ਕੀਤੀ ਆ ਦੁਕਾਨ 'ਤੇ, ਸਾਨੂੰ ਇੰਨੇ ਵਧੀਆ ਜ਼ਿੰਦਗੀ ਦਿੱਤੀ ਆ, ਇੰਨਾ ਵਧੀਆ ਸ਼ੋਰੂਮ ਦਿੱਤਾ ਵੀਰ ਜੀ, ਸਭ ਕੁਝ ਮਿਲਿਆ ਪਰਮਾਤਮਾ ਨੇ ਸਭ ਕੁਝ ਦਿੱਤਾ ਵੀਰ ਜੀ। ਕਮਾਈ ਨਹੀਂ ਕਰਨੀ ਹੁਣ ਤਾਂ ਬਸ ਜ਼ਿੰਦਗੀ ਦਾ ਮਜ਼ਾ ਲੈਣਾ ਵੀਰ ਜੀ, ਬਸ ਲੋਕ ਜੋੜਨੇ ਨੇ ਵੱਧ ਤੋਂ ਵੱਧ। ਅਸੀਂ ਆਪਣੇ ਬਾਪ ਦਾ ਨਾਮ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਪਹੁੰਚਾਉਣਾ ਵੀ ਸੁਰਜੀਤ ਸਿੰਘ ਕੋਈ ਦੁਕਾਨਦਾਰ ਹੈਗਾ ਜੀ, ਸੁਰਜੀਤ ਸਿੰਘ ਸੰਤ ਕੋਈ ਦੁਕਾਨ ਹੈਗੀ ਆ ਵੀ ਜਿਹੜੇ ਦੁਕਾਨਦਾਰ ਕਮਾਈ ਨੂੰ ਨਹੀਂ ਜਾ ਰਹੇ ਗਾਹਕਾਂ ਦਾ ਸਾਥ ਬਣਾ ਰਹੇ ਆ। ਵੀਰ ਜੀ 100 ਰੁਪਏ ਦਾ ਪੈਂਟ ਸ਼ਰਟ ਤੁਸੀਂ ਲੈਣ ਦੇਣ ਜਿੰਨੇ ਮਰਜ਼ੀ ਲਾ ਲਓ, ਇਹ ਵੀ ਗੱਲ ਨਹੀਂ ਹੈਗੀ ਕਿ 20 ਪੀਸ ਦਿਖਾ ਕੇ ਬਾਅਦ 'ਚੋਂ ਮਿਲੂਗੇ ਨਹੀਂ, ਤੁਸੀਂ ਜਦੋਂ ਮਰਜ਼ੀ ਜਿੰਨੇ ਮਰਜ਼ੀ ਪੀਸ ਮੈਂ ਤੋਂ ਲਓਗੇ ਤੁਹਾਨੂੰ ਸਾਰੀ ਉਮਰ ਦੇਣ ਦਾ ਵਾਅਦਾ ਕਰਦਾ ਵੀਰ ਜੀ। ਬਹੁਤ ਵੱਡੀ ਗੱਲ ਹੈਗੀ ਆ, ਸੁਰਜੀਤ ਸਿੰਘ ਐਂਡ ਸੰਤ ਤੋਂ ਤੁਹਾਨੂੰ ਸਿਰਫ 100 ਰੁਪਏ ਦੀ ਪੈਂਟ ਸ਼ਰਟ ਲੈਣੀ ਆ, ਚਾਹੇ 100 ਪੀਸ ਲੈ ਜਾਓ ਵੀ ਤੁਹਾਨੂੰ ਅਵੇਲੇਬਲ ਹੈਗਾ। ਪੰਜਾਬ ਦੇ ਵਿੱਚ ਸਭ ਤੋਂ ਸਸਤਾ ਕੋਟ ਪੈਂਟ ਇਹ ਵੀ ਸੁਰਜੀਤ ਐਂਡ ਸੰਤ ਨੇ ਐਲਾਨ ਕੀਤਾ, ਸਿਰਫ 399 ਰੁਪਏ ਦੇ ਵਿੱਚ ਤੁਸੀਂ ਇੱਥੇ ਕੋਟ ਪੈਂਟ ਲੈ ਕੇ ਜਾ ਸਕਦੇ ਹਾਂ, 250 ਦਾ ਤੁਸੀਂ ਸੂਟ ਲੈ ਕੇ ਜਾ ਸਕਦੇ ਹਾਂ, 10,000 ਵਾਲਾ ਸੂਟ ਤੁਸੀਂ ਭਾਵੇਂ 3500 ਦਾ ਲੈ ਲਓ, 4000 ਦਾ ਲੈ ਲਓ, ਬਹੁਤ ਵੱਡੇ ਫਰਕ ਹੈਗੇ। ਆਪਾਂ ਜੀ ਵੀਡੀਓ ਖਤਮ ਹੋਣ ਲੱਗੀ ਆ, ਪਰ ਮੇਰੇ ਦਿਮਾਗ 'ਚ ਇੱਕ ਗੱਲ ਆ ਗਈ, ਇਸ ਵਾਰ ਜਦੋਂ ਅਸੀਂ ਕਿਸੇ ਸਟੋਰ 'ਤੇ ਜਾਂਦੇ ਹਾਂ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਆ ਗਰਮ ਸੂਟਾਂ ਦੀ, ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਆ। ਤੁਸੀਂ ਮੈਨੂੰ ਅਜੇ ਤੱਕ ਕੋਈ ਗਰਮ ਸੂਟ ਨਹੀਂ ਦਿਖਾਇਆ, ਕੋਈ ਗਰਮ ਸੂਟਾਂ ਦੀ ਨਹੀਂ ਹੈਗੀ ਆਪਣੇ ਕੋਲ ਵਰਾਇਟੀ ਵਰਾਇਟੀ ਵੀਰ ਜੀ, ਤੁਸੀਂ ਆਓ ਅਤੇ ਪਿਛਲੀ ਵਾਰ ਵੀ ਤੁਸੀਂ ਕਹਿੰਦੇ ਉੱਪਰ ਦੁਕਾਨ ਹੈ, ਤੁਹਾਨੂੰ ਉੱਪਰ ਦੁਕਾਨ ਨਿਗਾਹ ਕਰਾਉਂਦੇ ਹਾਂ, ਇਸ ਤੋਂ ਉੱਪਰ ਫਲੋਰ 'ਤੇ ਵੀਰੇ ਗਰਮ ਸੂਟ ਹੀ ਨੇ, ਗਰਮ ਸੂਟ ਦਾ ਰੇਟ ਉਹ ਹੋਣਗੇ ਲੋਕਾਂ ਨੇ ਸੋਚੇ ਹੋਣੇ ਵੀਰੇ। ਤੁਹਾਨੂੰ ਸ਼ਾਲ ਸੂਟ ਬਾਜ਼ਾਰ ਵਿੱਚ ਸਭ ਤੋਂ ਘੱਟ ਰੇਟ ਸ਼ਾਲ ਸੂਟ ਦਾ ਰੇਟ ਹੈ ਜੀ 550, ਅਸੀਂ ਤੁਹਾਨੂੰ ਦੇਵਾਂਗੇ ਸ਼ਾਲ ਸੂਟ ਸਿਰਫ 300 ਰੁਪਏ ਦਾ ਵੀਰ ਜੀ, 300 ਦਾ ਸ਼ਾਲ ਸੂਟ, ਸ਼ਾਲ ਵੀ ਛੋਟੀ ਨਹੀਂ, ਸ਼ਾਲ ਵੀ ਖੁੱਲੀ, ਸੂਟ ਵੀ ਆਲ ਓਵਰ। ਇਹ ਵੀ ਆਪਾਂ ਦੇਖ ਲੈਂਦੇ ਹਾਂ, ਗੱਲਾਂ ਤਾਂ ਕਰੀ ਜਾਂਦੇ ਆ ਬਾਈ ਜੀ ਹੁਣੀ ਵੀ ਸਭ ਤੋਂ ਸਸਤਾ ਹੀ ਦੇਵਾਂਗੇ, ਪਰ ਉੱਪਰਲੀ ਫਲੋਰ 'ਤੇ ਲਾਸਟ ਟਾਈਮ ਨਹੀਂ ਗਏ ਸੀ, ਜਿਹੜਾ ਸਰਦੀਆਂ ਦਾ ਸਮਾਨ ਹੈਗਾ ਆ ਗਰਮ ਸੂਟ ਹੈਗਾ ਉੱਪਰ ਆਏ ਹੈਗੇ ਉਹ ਆਪਾਂ ਜਾ ਕੇ ਦੇਖਦੇ ਹੈਗੇ ਹਾਂ। ਸੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਗਰਮ ਸੂਟ ਜਿਹੜੇ ਸੀਜ਼ਨ ਦੇ ਮੁਤਾਬਕ ਕਹਿੰਦੇ ਆ ਬਈ 550 ਵਾਲਾ ਆਪਾਂ 300 ਦੇ ਵਿੱਚ ਦੇਵਾਂਗੇ, ਉਹ ਵੀ ਵਿਦ ਸਟਾਲ, ਆਪਾਂ ਵੇਖਾਂਗੇ ਕਲਰ ਅਤੇ ਵਰਾਇਟੀ ਜੀ। ਆਹ ਦੇਖੋ ਵੀਰ ਜੀ ਰੰਗ ਜਿੰਨੇ ਕਹੋਗੇ ਉਨੇ ਦੇ ਦਾਂਗੇ, ਡਿਜ਼ਾਈਨ ਜਿੰਨੇ ਕਹੋਗੇ ਉਨੇ ਦੇ ਦਾਂਗੇ। ਆਹ ਦੇਖੋ ਵੀਰ ਜੀ ਸੂਟ ਆਲ ਓਵਰ ਵੀਰੇ, ਜਿਹੜਾ ਮਰਜ਼ੀ ਬਣਾਓ, ਲੇਡੀਜ਼ ਹਲਕੀ ਹੁਣ ਭਾਰੇ ਹੁਣ ਇਹ ਨਹੀਂ ਗੱਲ ਕੱਪੜਾ ਪੂਰਾ ਨਹੀਂ ਹੋਊ, ਕੱਪੜਾ ਪੂਰਾ ਵੀਰ ਜੀ। ਨਾਲ ਦੇਖੋ ਸ਼ਾਲ, ਸਟਾਲ ਨਹੀਂ ਸ਼ਾਲ, ਸ਼ਾਲ ਸੂਟ 300 ਦਾ ਵੀਰੇ ਕੋਈ ਦੇਵੇ ਭਾਈ ਜਿਵੇਂ ਮੈਂ ਬੈਠਿਆ ਕੋਈ ਇਹ ਭਾਅ ਦਊਗਾ ਨਹੀਂ ਵੀਰ ਜੀ। ਹਲੋ ਸ਼ਾਲ ਸੂਟ ਸਿਰਫ 300 ਰੁਪਏ ਦਾ ਵੀਰ ਜੀ, ਕਿਤੋਂ ਨਹੀਂ ਮਿਲੂਗਾ ਇੰਨੀ ਵਧੀਆ ਸਟਾਲ ਨਾਲ, ਇਸ ਤੋਂ ਸਸਤਾ ਇਹ ਵਾਲੇ ਕੱਪੜਾ ਕੋਈ ਨਹੀਂ ਦੇ ਸਕਦਾ ਵੀਰੇ। ਇਹ ਸੂਟ ਆਪਾਂ ਨੂੰ 295 ਰੁਪਏ ਕੋਸਟ ਕਰਦਾ, ਇਹ 'ਚੋਂ ਵੀ 500 ਰੁਪਏ ਲੈਣਾ ਵੀਰੇ, ਇਹ 'ਚੋਂ ਵੀ ਕਮਾਈ ਨਹੀਂ ਕਰਨੀ, ਸਿਰਫ ਇਸ ਗੱਲ ਕਰਕੇ ਵੀ ਦਸੰਬਰ ਦਾ ਮਹੀਨਾ ਵੀਰੇ, ਪੋਹ ਦਾ ਮਹੀਨਾ, ਇਹ ਠੰਡ ਦੇ ਵਿੱਚ ਅਸੀਂ ਹੋਰ ਤਾਂ ਕੁਝ ਨਹੀਂ ਕਰੀ ਸੇਵਾ ਕਰ ਸਕਦੇ, ਅਸੀਂ ਆਪਣੇ ਕੱਪੜੇ ਦਾ ਰੇਟ ਵਾਜਬ ਲਿਆ ਕੇ, ਸਾਡੀ ਗੱਲ ਸੋਚ ਇਹ ਆ ਵੀ ਹਰ ਬੰਦਾ ਗਰਮ ਸੂਟ ਪਾਵੇ ਵੀਰ ਜੀ। ਹੋਰ ਵੀ ਕਾਫੀ ਵਰਾਇਟੀ ਤੁਹਾਡੇ ਕੋਲ ਵੀਰ ਜੀ, ਜਿੰਨੇ ਮਰਜ਼ੀ ਢੇਰ ਲਾਵਾਂਗੇ ਵੀਰੇ, ਸੂਟ ਵੀਰ ਜੀ ਹਲੋ ਡਾਇਰੈਕਟ ਮਿਲ ਤੋਂ ਚੱਕਦੇ ਆ ਵੀਰ ਜੀ, ਹਲੋ 550 ਸੂਟ ਫੋਟੋ ਵਾਲਾ ਵੀਰੇ, ਲੋਕ ਵੇਚਦੇ ਨੇ 800-900, 550 ਵੀਰੇ ਸ਼ਾਲ ਸੂਟ ਫੋਟੋ ਵਾਲਾ 550 ਦਾ, ਬਾਕੀ ਜਿੰਨੇ ਮਰਜ਼ੀ 100-120, 200-220 ਜਿੰਨੇ ਮਰਜ਼ੀ, ਹਲੋ ਜਿੰਨੇ ਮਿਲਦੇ ਆ ਦੇਖੋ ਵੀਰੇ 550 'ਚ, ਇਸ ਤੋਂ ਉੱਪਰ 650, 750, 800, ਆਪਣੇ ਕੋਲ ਵੀਰ ਜੀ ਵਧੀਆ ਬ੍ਰਾਂਡਾਂ ਜਿਵੇਂ ਰਾਮਟੈਕਸ ਦੇ ਵੀ ਮਾਲ ਮਿਲਦੇ ਨੇ ਵੀਰ ਜੀ, ਰਾਮਟੈਕਸ ਵੀ ਤੁਹਾਨੂੰ ਉਹ ਰੇਟ ਦੇਵਾਂਗੇ ਜੋ ਕੋਈ ਸੋਚੇਗਾ ਵੀ ਨਹੀਂ, ਲੋਕ ਰਾਮਟੈਕਸ ਕਹਿੰਦੇ ਨੇ ਫਿਕਸ ਰੇਟ 'ਤੇ ਮਿਲਣਾ ਰਾਮਟੈਕਸ, ਸਾਡੇ ਕੋਲ ਫਿਕਸ ਰੇਟ ਰਾਮਟੈਕਸ ਤਾਂ ਉਹ ਆ ਜੋ ਕੋਈ ਸੋਚੇਗਾ ਵੀ ਨਹੀਂ, ਰਾਮਟੈਕਸ 'ਤੇ ਵੀ ਅਸੀਂ ਜਿੰਨੀ ਲੈਸ ਦੇ ਰਹੇ ਹਾਂ ਕੋਈ ਦੁਕਾਨਦਾਰ ਨਹੀਂ ਦੇਗੀ, ਸੋਚ ਵੀ ਨਹੀਂ ਸਕਦਾ ਇੰਨੀ ਲੈਸ, ਰਾਮਟੈਕਸ ਨੂੰ ਲੈਸ ਦੇਵਾਂਗੇ, ਜਿਹੜੇ ਮਰਜ਼ੀ ਡਿਜ਼ਾਈਨ ਲਵਾ ਲਓ 650 ਦੇ ਜਾਣਗੇ, ਜਿੰਨੇ ਮਰਜ਼ੀ 550, 650 ਮੋਟੇ ਸੂਟ ਜਿੰਨੇ ਮਰਜ਼ੀ ਹਜ਼ਾਰ। ਬਾਕੀ ਕਹਿਣ ਤੋਂ ਭਾਵ ਤੁਸੀਂ ਇੱਥੇ ਆਓ, ਵਰਾਇਟੀ ਬਹੁਤ ਹੈਗੀ ਆ, ਤੁਹਾਨੂੰ 250 ਤੋਂ ਸੂਟ ਸਟਾਰਟ ਹੈਗਾ ਆ, 100 ਰੁਪਏ ਦੀ ਪੈਂਟ ਸ਼ਰਟ ਹੈਗੀ ਆ, 399 ਰੁਪਏ ਦਾ ਕੋਟ ਪੈਂਟ ਹੈਗਾ, ਹੋਰ ਵੀ ਵਰਾਇਟੀ ਆ ਬਾਈ ਜੀ ਨੇ ਦਿਖਾ ਤਾ, ਜਿਹੜੇ ਆ ਜਿਹੜੇ 300-300 ਦੇ ਸ਼ੋਲ ਬਾਹਰੋਂ ਮਿਲਦੇ ਆ ਤੁਹਾਨੂੰ, ਪਰ ਸੂਟ ਦੇ ਰਹੇ ਆ ਗਰਮ ਸੂਟਾਂ ਦੇ ਵਿੱਚ ਵੀ ਵਰਾਇਟੀ ਬਹੁਤ ਜ਼ਿਆਦਾ ਹੈਗੀ ਆ।
वीडियो काफ़ी लंबी हुई जा रही है पर इन्होंने को इन्ना क स्टॉक है भावें आप दो दिन इतने दिखाइए तो भी टाइम जो थोड़ा पै जाना असं अपने दर्शकों को यही बेनती करते हैं जेडे तो नहीं आ सकते कोई मजबूरी हैगी ऑनलाइन शॉपिंग जरूर करो तो पूरी हेल्प की जाएगी तो वीडियो कॉल भी करो तुम फोटो चलो थानू भेजन ना भेजन वीडियो कॉल तुम करो थानू पूरी दिखाई जाएगी जेडे आउट ऑफ इंडिया एन आर आई बैठे उन्होंने फैसिलिटी हैगी जेडे साडे दर्शक पंजाब बैठे आप जरूर यह गल कहे फोटो के भी ना यकीन करो तुम एक बार इतने आओ जो तुम इतने आने हो एक सूट नहीं पसंद दूजा देख लो तीजा देख लो दस देख लो भी देख लो इन्हों के इन्ना क सहन शक्ति हैगी इदा नहीं हों बाकी दुकानदार बाद जे दस सूट देख लो भी देख लो अगले कहते लेना या नहीं लेना तुम जिने सूट देखने देख लो थानू सारी ये खोल के दिखाते हैं एक गल का पक्का दावा आ तुम दो सूट लैन आओगे इतों अठ तो दस सूट लेके जाऊंगे क्योंकि तुम सोच के हैरान हो जाना भी रेट इदा दे है जिते तुम पहला शॉपिंग करते होने उत्तर काफ़ी शैल काफ़ी अपनी खल लहाँदे होने थोड़े फायदे इतने होने दसंबर के महीने में इन वालों होर भी बहुत व्डिया ऑफर लगाइया इन का फायदा जरूर लेना आ कोई थोड़ा सवाल आ कोई तुम क्वेरी करनी आ कोई थोड़े मन के कोई पूछना है स्क्रीन साड़ी नंबर आ रहे हैं तुम इन्हों फोन कर सकते हैं वट्सअप भी चलते हैं वीडियो कॉल भी कर सकते हैं सूँ हर तरह की जी कि जानकारी इन वालों दी जाएगी कैमरा पवन के नाल हरदीप सिंह तगड़ साइन टीवी माछीवाड़ा साहब।